ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਹਰ ਰੋਜ਼ ਨਵੇਂ ਵਿਸ਼ਿਆਂ ਦੇ ਨਾਲ ਨਵੀਂ ਆਮਦ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹੁੰਦੇ ਹਾਂ ਹਾਜ਼ਰ। ਵਿਸ਼ੇ ਅਕਸਰ ਮੇਰੇ ਕੋਲ ਅਖਬਾਰਾਂ ਦੇ ਪੰਨਿਆਂ ਦੇ ਉੱਤੇ ਲੜਖੜਾਉਣ ਦੇ ਲਫ਼ਜ਼ ਜਾਂ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਉਹ ਨਹੀਂ ਹੁੰਦੇ। ਮੈਂ ਕੋਸ਼ਿਸ਼ ਕਰਦਾ ਕਿ ਵਿਸ਼ੇ ਜਿਹੜੇ ਆ ਉਹ ਬਾਕਾਇਦਾ ਤੌਰ ਦੇ ਉੱਤੇ ਆਪਣੇ ਘੁੱਗ ਵਸਤੇ ਸਮਾਜ ਦੀ ਹਿੱਕ ਤੋਂ ਚੱਕੇ ਜਾਣ। ਅੱਜ ਵਕਤ ਇਸ ਤਰ੍ਹਾਂ ਦਾ ਕਿ ਆਮ ਤੌਰ ਦੇ ਉੱਤੇ ਸਿੱਧੇ ਸਾਦੇ ਵਸਤੇ ਲੋਕਾਂ ਦੇ ਉੱਤੇ ਵੀ ਉਂਗਲੀ ਚੱਕਣ ਜਾਂ ਇਲਜ਼ਾਮ ਤਰਾਸ਼ੀ ਵਰਗੇ ਜਿਹੜੇ ਮਸਲੇ ਨੇ ਉਹ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਉਹ ਹੋਣ ਦੇ ਵਿੱਚ ਆਉਂਦੇ ਨੇ। ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਵਿਅਕਤੀ ਛੋਟੇ ਤੋਂ ਲੈ ਕੇ ਇੱਕ ਆਮ ਜੀਵਨ ਦੇ ਵਿੱਚ ਵਿਚਰਨ ਵਾਲਾ ਬੰਦਾ ਜਿਹੜਾ ਉਹ ਕਿਸੇ ਦੀ ਵੱਡੇ ਪੱਧਰ ਦੇ ਉੱਤੇ ਨੁਕਤਾਚੀਨੀ ਤੋਂ ਲੈ ਕੇ ਵੱਡਾ ਰਾਜਨੇਤਾ ਜਿਹੜਾ ਅੱਜ ਉਸ ਦੀਆਂ ਨਜ਼ਰਾਂ ਦੇ ਵਿੱਚ ਵੀ ਮੈਂ ਸਮਝਾਂਗਾ ਕਿ ਕਮਿਊਨਿਟੀ ਜਾਂ ਕੋਈ ਭਾਈਚਾਰਾ ਜਿਹੜਾ ਉਹ ਘਰ ਬੈਠੇ ਤਾਂ ਕਈ ਵਾਰੀ ਨਹੀਂ ਸਿਖਾਉਂਦਾ। ਅਜਿਹੇ ਹਾਲਾਤ ਹੈ। ਇੱਕ ਸਬਜੈਕਟ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋਂਦ ਵਿੱਚ ਆਇਆ, ਉਸ ਦੇ ਉੱਤੇ ਗਹਿਰੀ ਚਰਚਾ ਜਿਹੜੀ ਉਹ ਵੱਖ ਵੱਖ ਲੋਕਾਂ ਨੇ ਕੀਤੀ, ਵੱਖ ਵੱਖ ਸਿਰਡ ਰੱਖਣ ਵਾਲੇ ਲੋਕਾਂ ਨੇ ਕੀਤੀ, ਵੱਖ ਵੱਖ ਧਿਰਾਂ ਨੇ ਕੀਤੀ ਔਰ ਆਪਣੇ ਆਪਣੇ ਨਜ਼ਰੀਏ ਤੋਂ ਕੀਤੀ। ਗਰਮ ਖਿਆਲੀ ਆਪਣਾ ਨਾਰਾ ਮਾਰਦੇ ਰਹੇ, ਕਾਂਗਰਸ ਵਾਲੇ ਖਾਮੋਸ਼ ਰਹੇ, ਅਕਾਲੀਆਂ ਨੇ ਦੱਬੀ ਹੋਈ ਜ਼ਬਾਨ ਜਿਹੜੀ ਸੀ ਉਹ ਬਿਲਕੁਲ ਨਹੀਂ ਖੋਲ੍ਹੀ, ਉਹ ਚੁੱਪ ਚੁਪੀਤੇ ਆਪਣਾ ਹਿਰਖ ਜਿਹਾ ਛਾਂਟ ਕੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਹਮਦਰਦ ਦੱਸਣ ਦੀ ਕੋਸ਼ਿਸ਼ ਕਰਦੇ ਰਹੇ। ਅਖਬਾਰ ਨਵੀਸ ਜਿਹੜੇ ਨੇ ਉਹ ਕਾਲਮਾਂ ਦੇ ਰਾਹੀਂ, ਕਾਲਮਾਂ ਦੇ ਜ਼ਰੀਏ ਇਸ ਵਿਸ਼ੇ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੰਗਾਲਣ ਦੇ ਉੱਤੇ ਲੱਗੇ ਰਹੇ। ਟੈਲੀਵਿਜ਼ਨਾਂ ਦੇ ਰੁੱਖਾਂ ਦੇ ਉੱਤੇ ਕਾਵਾਂ ਵਾਲਾ ਸ਼ੋਰ ਬਹੁਤ ਵੱਡੇ ਪੱਧਰ ਦੇ ਉੱਤੇ ਪੈਂਦਾ ਰਿਹਾ, ਪਰ ਕਦੇ ਵੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਹੋ ਰਹੀ ਹੈ ਉਹ ਕਿੱਡਾ ਹਾਸੋਹੀਣਾ ਵਿਸ਼ਾ। ਅੱਗੇ ਗੱਲ ਹੁੰਦੀ ਸੀ ਕਿ ਵਿਦੇਸ਼ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਆਹ ਗੱਲ ਕਰਦੇ ਨੇ ਕਿ ਇਹ ਸੰਭਵ ਹੈ, ਅਤੇ ਅੱਜ ਜਦੋਂ ਉਹੀ ਹਾਸ਼ੀਆ ਉਹੀ ਗ੍ਰਾਫ ਕਿਸੇ ਸੂਬੇ ਦੇ ਮੁੱਖ ਮੰਤਰੀ ਵਾਸਤੇ ਆਉਂਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਇੱਕ ਕਿਸੇ ਪ੍ਰਗਤੀਵਾਦੀ ਵੱਡੇ ਮੁਲਕ ਜਿਸ ਤਾਂ ਕਿ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮੁਕਾਮ ਹੈ, ਉਸ ਮੁਲਕ ਦੇ ਪ੍ਰਧਾਨ ਮੰਤਰੀ ਨੂੰ UNO ਦੇ ਕਟਹਿਰੇ ਦੇ ਵਿੱਚ ਖੜਾਉਣ ਦੀ ਗੱਲ ਕਰ ਰਹੇ ਨੇ। ਕੀ ਉਹ ਜਾਇਜ਼ ਹੈ? ਕੀ ਉਹ ਸੰਭਵ ਹੈ? ਕੀ ਉਹ ਤਰਕ ਬਣਦਾ? ਅਕਸਰ ਮੈਂ ਇਸ ਮੰਚ ਦੇ ਉੱਤੇ ਗੱਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੇ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਪਣੀ ਗੱਲ ਕਰਨੀ ਹੋਵੇ ਜਾਂ ਉਹਨਾਂ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਕਈ ਵਾਰੀ ਜਿਹੜੀ ਉਹਨਾਂ ਨੂੰ ਨਸੀਹਤ ਹੈ ਸ਼ਾਇਦ ਉਹਨਾਂ ਦੀ ਉਸ ਕੱਦ ਉਸ ਬਰਾਬਰ ਗਤ ਦਾ ਬੰਦਾ ਜਿਹੜਾ ਉਹ ਹੀ ਗੱਲ ਕਰ ਸਕਦਾ ਕਿ ਅਸੀਂ ਉਹਨਾਂ ਨੂੰ ਆਹ ਗੱਲ ਕਹੀਏ। ਪਰ ਇਸ ਵਿਸ਼ੇ ਦੇ ਉੱਤੇ ਸਿੱਕੇ ਜਿਹੜੇ ਸੀ ਉਹ ਐਨ ਪੂਰੇ ਖਜ਼ੂਰਾਂ ਦੇ ਉੱਤੇ ਟੰਗ ਦਿੱਤੇ ਗਏ। ਮੈਂ ਇਸ ਵਿਸ਼ੇ ਨੂੰ ਕਈ ਦਿਨਾਂ ਤੋਂ ਦੇਖ ਰਿਹਾ ਸੀ, ਮੈਂ ਇਸ ਵਿਸ਼ੇ ਨੂੰ ਆਪਣੇ ਨਜ਼ਰੀਏ ਤੋਂ ਲੈ ਰਿਹਾ ਸੀ ਕਿ ਉਹ ਕਿਹੜੇ ਕਾਰਨ ਨੇ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੱਕ ਨੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਖੀ। ਨਰਿੰਦਰ ਮੋਦੀ ਤੱਕ ਹੋਰਾਂ ਨੇ, ਪ੍ਰਧਾਨ ਮੰਤਰੀ ਦੇ ਆਫਿਸ ਨੇ ਵੀ ਇਹ ਕੋਈ ਗੱਲ ਨਹੀਂ ਆਖੀ। ਸਿਰਫ ਅਤੇ ਸਿਰਫ ਉਹ ਕਿਹੜੀ ਬਿੱਲੀ ਹੈ ਜਿਸ ਨੇ ਸਿਰਫ ਅਤੇ ਸਿਰਫ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਦੇ ਮੂਹਰੇ ਆ ਕੇ ਛਿੱਕਾਂ ਮਾਰੀਆਂ, ਜਿਸ ਨੂੰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵਸਣ ਵਾਲੇ ਸਾਰੇ ਸਿੱਖ ਜਿਹੜੇ ਨੇ ਉਹ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਨੇ ਉਹ
ਅੱਤਵਾਦੀ ਲੱਗ ਰਹੇ ਨੇ ਔਰ ਉਹਨਾਂ ਦੀ ਆਰਟ ਦੇ ਵਿੱਚ ਵੀ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ UNO ਦੇ ਵਿੱਚ UNO ਦੇ ਕਟਹਿਰੇ ਦੇ ਵਿੱਚ ਖੜਾਉਣ ਦੀਆਂ ਗੱਲਾਂ ਕੌਣ ਕਰ ਰਿਹਾ ਬਕਾਇਦਾ ਤੌਰ ਦੇ ਉੱਤੇ ਪੰਜਾਬ ਅਤੇ ਸਾਡਾ ਆਪਣਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਵਾਰੀ ਮੁੱਖ ਮੰਤਰੀ ਬਣੇ ਤਾਂ ਸ਼ਾਇਦ ਉਹਨਾਂ ਨੂੰ ਐਡਾ ਵੱਡਾ ਜਿਹੜਾ ਸੀ ਉਹ ਟੋਰੋਂਟੋ ਦੇ ਗੁਰਦੁਆਰੇ ਦੇ ਵਿੱਚ ਬੋਰਡ ਲੱਗਾ ਨਹੀਂ ਦਿਸਿਆ ਜਿੱਥੇ ਬਕਾਇਦਾ ਤੌਰ ਦੇ ਉੱਤੇ ਲੈਕਚਰ ਡਾਈਸ ਦੇ ਉੱਤੇ ਖੜ੍ਹ ਕੇ ਉਹ ਕੈਨੇਡਾ ਦੇ ਵਾਸੀਆਂ ਨੂੰ ਸੰਬੋਧਨ ਕਰਕੇ ਗਏ ਸਨ ਅਤੇ ਪਿੱਛੇ ਲਟਕ ਰਿਹਾ ਸੀ ਖਾਲਿਸਤਾਨ ਦਾ ਬਹੁਤ ਵੱਡਾ ਫੱਟਾ ਵਿਚਾਰਧਾਰਾ ਆਪਣੀ ਆਪਣੀ ਹੈ ਵਿਚਾਰਾਂ ਦੀ ਆਜ਼ਾਦੀ ਪ੍ਰਗਟ ਕਰਨਾ ਆਪਣੀ ਆਪਣੀ ਗੱਲ ਹੈ ਜੇਕਰ ਕੈਨੇਡਾ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਇਹ ਗੱਲ ਕਰ ਰਹੇ ਨੇ ਜਾਂ ਇਹ ਗੱਲ ਪ੍ਰਚਾਰਨ ਦੀ ਗੱਲ ਕਰ ਰਹੇ ਨੇ ਤਾਂ ਮੇਰਾ ਖਿਆਲ ਹੈ ਕਿ ਉਸ ਗੱਲ ਨੂੰ ਛੱਡ ਕੇ ਕਿ ਭਾਰਤ ਦੀ ਧਰਤੀ ਦੇ ਉੱਤੇ ਭਾਰਤ ਦਾ ਗ੍ਰਹਿ ਮੰਤਰਾਲਾ ਤਾਂ ਕਦੇ ਵੀ ਕਾਨੂੰਨ ਤੌਰ ਦੇ ਉੱਤੇ ਇਸ ਸ਼ਬਦ ਦੇ ਉੱਤੇ ਬੈਨ ਨਹੀਂ ਲਗਾ ਰਿਹਾ ਕਿ ਅਸੀਂ ਇਸ ਦੇ ਉੱਤੇ ਬੈਨ ਲਗਾਇਆ ਜਾਵੇ ਗ੍ਰਹਿ ਮੰਤਰੀ ਨੇ ਕੋਈ ਗੱਲ ਨਹੀਂ ਕੀਤੀ ਪਰ ਇਕੱਲੀ ਬਿੱਲੀ ਜਿਹੜੀ ਹੈ ਉਹ ਸਾਡੇ ਮੁੱਖ ਮੰਤਰੀ ਨੂੰ ਕਿਉਂ ਛਿੱਕਦੀ ਹੈ ਸਿੱਖ ਕੌਮ ਖਾਸ ਤੌਰ ਦੇ ਉੱਤੇ ਮੈਂ ਪੰਜਾਬੀਆਂ ਦੀ ਗੱਲ ਕਰਾਂਗਾ ਕਿਸੇ ਵੀ ਤਰ੍ਹਾਂ 1947 ਦੇ ਵਿੱਚ ਅਣਵੰਡੇ ਪੰਜਾਬ ਤੋਂ ਬਾਅਦ ਹੀ ਇਸ ਤਰ੍ਹਾਂ ਵੰਡੀ ਗਈ ਵੱਡੀ ਟੁੱਕੀ ਗਈ ਕਿ ਸਮੁੱਚੇ ਰੂਪ ਦੇ ਵਿੱਚ ਵੱਡੇ ਪੱਧਰ 'ਤੇ ਜਿਹੜਾ ਸਰਾਪ ਭੋਗਣਾ ਪਿਆ ਉਹ ਪੰਜਾਬੀਆਂ ਨੂੰ ਭੋਗਣਾ ਪਿਆ ਔਰ ਅੱਜ ਜਦੋਂ ਅਜੋਕੇ ਦੌਰ ਦੀ ਗੱਲ ਕਰਦੇ ਹਾਂ ਤਾਂ 1984 ਦੇ ਵਿੱਚ ਜਿਸ ਦੌਰ ਦੇ ਨਾਲ ਪੰਜਾਬੀਅਤ ਜਿਹੜੀ ਆ ਉਹ ਉਜੜੀ ਹੈ ਮੈਂ ਨਹੀਂ ਕਹਾਂਗਾ ਸਿੱਖ ਕੌਮ ਦੇ ਉੱਤੇ ਇਕੱਲੀ ਦੇ ਉੱਤੇ ਕਹਿਰ ਵਰਸਿਆ ਉਸ ਮੌਕੇ ਦੇ ਉੱਤੇ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਹਿੰਦੂ ਪਰਿਵਾਰਾਂ ਦੇ ਉੱਤੇ ਵੀ ਜਿਹੜਾ ਕਹਿਰ ਵਰਤਿਆ ਉਸ ਵਾਸਤੇ ਵੀ ਮੇਰੀ ਅੱਖ ਦੇ ਵਿੱਚ ਉਨੇ ਅੱਥਰੂ ਨੇ ਜਿੰਨੇ ਪੰਜਾਬ ਦੀ ਸਿੱਖੀ ਵਾਸਤੇ ਕਿਉਂਕਿ ਮੈਂ ਇਹ ਹਮੇਸ਼ਾ ਸਮਝਿਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਸ ਮਰਜ਼ੀ ਰੂਪ ਦੇ ਵਿੱਚ ਜਿਸ ਮਰਜ਼ੀ ਢੰਗ ਦੇ ਵਿੱਚ ਜਿਸ ਮਰਜ਼ੀ ਕੱਪੜਿਆਂ ਦੇ ਵਿੱਚ ਜੇਕਰ ਕੋਈ ਵੀ ਕਤਲ ਹੋਇਆ ਖੂਨ ਵਗਿਆ ਪੰਜਾਬ ਦਾ ਪੁੱਤ ਗੁਆਚਾ ਬਾਲਣੀਆਂ ਦੀ ਇੱਜ਼ਤ ਲੁੱਟੀ ਗਈ ਤਾਂ ਉਹ ਪੰਜਾਬੀਆਂ ਦੇ ਨਾਲ ਹੋਇਆ ਇੱਕ ਬਹੁਤ ਵੱਡਾ ਧਰੋਹ ਹੈ ਕੇਸ ਨੇ ਕੀਤਾ ਪੰਜਾਬ ਦੇ ਨਾਲ ਪਾਣੀਆਂ ਤੋਂ ਲੈ ਕੇ ਅੱਜ ਦੀ ਤਰੀਕ ਦੇ ਉੱਤੇ ਤਖਤਾਂ ਦੇ ਉੱਤੇ ਵਿਰਾਜੇ ਇਹ ਲੋਕ ਪੰਜਾਬ ਦੇ ਨਾਲ ਹਮੇਸ਼ਾ ਮਤੇਰ ਮਾਂ ਵਾਲਾ ਸਲੂਕ ਕਰਦੇ ਰਹੇ 1984 ਤੋਂ ਬਾਅਦ ਮਜ਼ਦੂਰ ਬਣ ਕੇ ਲੁੱਟੀ ਪੁੱਟੀ ਇਹ ਕੌਮ ਜਦੋਂ ਵਿਦੇਸ਼ਾਂ ਦੇ ਵਿੱਚ ਆ ਕੇ ਵਸੀ ਤਾਂ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਬਕਾਇਦਾ ਤੌਰ ਦੇ ਉੱਤੇ ਨਵੇਂ ਦੇ ਸਰਹੱਦੇ ਪਾਰ ਕੀਤੇ ਅੱਜ ਦੁਨੀਆ ਭਰ ਦੇ ਵਿੱਚ ਨਾਂ ਗੂੰਜਦਾ ਹੈ ਹਰਜੀਤ ਸਿੰਘ ਸੱਜਣ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਅੱਖਾਂ ਦੇ ਵਿੱਚ ਕਿਉਂ ਚੁੱਭਿਆ ਕਿਉਂਕਿ ਇਸ ਰੁਤਬੇ ਦਾ ਕੋਈ ਵੀ ਇਸ ਮੁਕਾਮ ਦੇ ਉੱਤੇ ਸਰਦਾਰ ਸਾਡੇ ਆਪਣੇ ਮੁਲਕ ਦੇ ਵਿੱਚ ਕਦੇ ਨਹੀਂ ਪਹੁੰਚਿਆ ਲੁੱਟੀ ਪੁੱਟੀ ਕੌਮ ਨੂੰ ਬਕਾਇਦਾ ਤੌਰ ਦੇ ਉੱਤੇ ਕੁੱਟ ਕੇ ਮੁਲਕ ਦੇ ਵਿੱਚੋਂ ਭੱਜੀ ਆਪਾ ਬਚਾਉਂਦੀ ਬਾਲ ਜਿਵੇਂ ਬੋਟ ਜਿਹੜੇ ਨੇ ਉਹ ਪਰਾਂ ਦੇ ਥੱਲੇ ਲੈ ਕੇ ਵਿਦੇਸ਼ ਦੀ ਧਰਤੀ ਦੇ ਉੱਤੇ ਪਹੁੰਚੀ ਕੌਮ ਜਿਹੜੀ ਆ ਉਹ ਅੱਜ ਇਕੱਲੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਅੱਖਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਸੂਲ ਬਣ ਕੇ ਕਿਉਂ ਚੁੱਭ ਰਹੀ ਹੈ ਜਦੋਂ ਵਤਨ ਪ੍ਰਸਤੀ ਦੀ ਗੱਲ ਆਉਂਦੀ ਹੈ ਤਾਂ ਆਪਣੀ ਸਰਕਾਰੀ ਕੋਠੀ ਦੇ ਵਿੱਚੋਂ ਕਿਹੜਾ ਅਧਿਕਾਰ ਖੇਤਰ ਹੈ ਕਿ ਪਾਕਿਸਤਾਨ ਦੀ ਇੱਕ ਮਹਿਲਾ ਪੱਤਰਕਾਰ ਨੂੰ ਬਕਾਇਦਾ ਤੌਰ ਦੇ ਉੱਤੇ ਪੂਰੇ ਮੁਲਕ ਦੀ ਖੁਫੀਆ ਏਜੰਸੀ ਖੁਫੀਆ ਤੰਤਰ ਨੂੰ ਸੰਨ ਲਾ ਕੇ ਇੱਕ ਚੀਫ ਮਿਨਿਸਟਰ ਵਰਗੇ ਪਾਹੀਦਾਰ ਰੁਤਬੇ ਦੇ ਅੰਦਰ ਸ਼ਾਮਲ ਕਰਨ ਅਤੇ ਅੱਜ ਜਿੰਨੇ ਵੀ ਸੌਦੇ ਉਸ ਬੀਬੀ ਰਾਹੀਂ ਹੁੰਦੇ ਆ ਉਸਦੇ ਪਰਿਵਾਰ ਰਾਹੀਂ ਹੁੰਦੇ ਆ ਜਾਂ
ਉਸ ਦੇ ਪੁੱਤਰਾਂ ਰਾਹੀਂ ਦਵਈ ਦੇ ਵਿੱਚ ਹੁੰਦੇ ਆ ਲੋਕ ਬਕਾਇਦਾ ਤੌਰ ਦੇ ਉੱਤੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਇਸ ਚੀਜ਼ ਦੀ ਗੱਲ ਕਰਦੇ ਆ, ਪਰ ਪੰਜਾਬ ਦੀ ਧਰਤ ਦੇ ਉੱਤੇ ਬੈਠੇ ਲੋਕ ਇਸ ਨੂੰ ਮਾਨਾ ਬਰਾਬਰ ਨਹੀਂ ਸਮਝਦੇ ਕਿ ਅਸੀਂ ਗੱਲ ਕਰੀ ਜਾਈਏ, ਕਿਉਂਕਿ ਪੰਜਾਬੀਆਂ ਦੇ ਵਿੱਚ ਹਮੇਸ਼ਾ ਕਿਸੇ ਵੀ ਰਾਜ ਸੱਤਾ ਮੌਕੇ ਖੇਮਾ ਜਿਹੜਾ ਉਹ ਜ਼ਰੂਰ ਆ ਕੇ ਪਣਪਦਾ, ਜਿਹੜਾ ਖੇਮਾ ਬਕਾਇਦਾ ਤੌਰ ਦੇ ਉੱਤੇ ਸਿਫਤਾਂ ਅਤੇ ਚਾਪਲੂਸੀ ਦੀ ਗੱਲ ਕਰਨ ਵਾਲਾ ਹੋਵੇ। ਨਾ ਪ੍ਰਵਾਸੀ ਪੰਜਾਬੀਆਂ ਦੇ ਖਿਲਾਫ ਉਂਗਲੀ 10 ਸਾਲਾਂ ਦੇ ਵਿੱਚ ਬਾਦਲ ਸਰਕਾਰ ਜਾਂ ਬਾਦਲ ਸਰਕਾਰ ਦੇ ਕਰਿੰਦੇ ਕੋਈ ਚੱਕ ਸਕਦਾ ਸੀ, ਨਾ ਅੱਜ ਦੀ ਤਰੀਕ ਦੇ ਵਿੱਚ ਪੰਜਾਬੀਆਂ ਦੇ ਖਿਲਾਫ ਉਂਗਲੀ ਚੱਕਣ ਦੀ ਜ਼ਰੂਰਤ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਜਾਂ ਉਸ ਦੇ ਵਜ਼ੀਰਾਂ ਦੇ ਵਿੱਚ। ਅੱਜ ਕੈਪਟਨ ਅਮਰਿੰਦਰ ਸਿੰਘ ਦੇ ਆਸੇ ਪਾਸੇ ਉਹੀ IAS ਅਫਸਰ ਨੇ ਜਿਹੜੇ ਪ੍ਰਵਾਸੀਆਂ ਦੇ ਆ ਕੇ ਘਰਾਂ ਦੇ ਵਿੱਚ ਰੋਟੀਆਂ ਤੋੜਦੇ ਨੇ, ਉਹਨਾਂ ਕੋਲੋਂ ਗਿਫਟਾਂ ਲੈਂਦੇ ਨੇ, ਉਹਨਾਂ ਦੀਆਂ ਗੱਡੀਆਂ ਝੂਟਦੇ ਨੇ। ਕਮਜ਼ੋਰੀ ਸਿਰਫ ਪ੍ਰਵਾਸੀਆਂ ਦੀ ਹੈ ਕਿ ਅਸੀਂ ਕੁਛ ਇੱਕ ਖੇਮਾ ਹਰ ਸੱਤਾ ਅਤੇ ਹਰ ਸਰਕਾਰ ਦੇ ਮੌਕੇ ਇਹਨਾਂ ਲੋਕਾਂ ਦੀ ਚਾਪਲੂਸੀ ਦੇ ਉੱਤੇ ਆਪਣਾ ਸਮਾਂ ਬਰਬਾਦ ਕਰਦੇ ਹਾਂ। ਅਤੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਢੰਗ ਦੇ ਨਾਲ ਸਿੱਖ ਕੌਮ ਦੀ ਇੱਜ਼ਤ ਹੋਈ ਹੈ, ਜਿਸ ਢੰਗ ਦੇ ਨਾਲ ਪੰਜਾਬੀਆਂ ਦਾ ਮਾਣ ਸਤਿਕਾਰ ਜਿਹੜਾ ਉਹ ਦੂਜੇ ਮੁਲਕਾਂ ਦੇ ਵਿੱਚ ਵਧਿਆ, ਇਹਨਾਂ ਰਾਜਨੀਤਾ ਲੋਕਾਂ ਕੋਲੋਂ ਕਿਉਂ ਨਹੀਂ ਗਵਾਰਾ ਹੁੰਦਾ? ਸਿਰਫ ਇੱਕ ਵਾਰੀ ਕੈਨੇਡਾ ਦੇ ਮੰਤਰਾਲੇ ਨੇ ਬਕਾਇਦਾ ਤੌਰ ਦੇ ਉੱਤੇ ਕਿਹਾ ਕਿ ਤੁਹਾਨੂੰ ਰਾਜਨੀਤਿਕ ਸਰਗਰਮੀਆਂ ਕਰਨ ਦੀ ਕੋਈ ਵੀ ਇਜਾਜ਼ਤ ਨਹੀਂ। ਮੈਂ ਪੁੱਛਣਾ ਚਾਹਾਂਗਾ, ਕਦੇ ਜਸਟਿਨ ਟਰੂਡੋ ਵੋਟਾਂ ਮੰਗਣ ਵਾਸਤੇ ਪੰਜਾਬ ਗਿਆ? ਕਿ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਜਸਟਿਨ ਟਰੂਡੋ ਨੂੰ ਵੋਟਾਂ ਪਾਓ? ਕਦੇ ਉੱਜਲ ਦਸਾਂਝ ਜਦੋਂ ਮੁੱਖ ਮੰਤਰੀ ਬਣਿਆ ਸੀ ਤਾਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਬੇਨਤੀ ਕਰਨ ਵਾਸਤੇ ਨਹੀਂ ਗਿਆ ਸੀ? ਕਦੇ ਇਹ ਲੋਕ ਨਹੀਂ ਗਏ? ਕਦੇ ਸੁਖ ਧਾਲੀਵਾਲ ਜਾਂ ਹੋਰ ਜਿਹੜੇ ਸਾਡੇ ਵਜ਼ੀਰ ਮੈਂਬਰ ਪਾਰਲੀਮੈਂਟ ਬਣੇ ਉਹ ਕਦੇ ਵੀ ਵਿਦੇਸ਼ ਦੀ ਧਰਤੀ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਵੀ ਵੋਟਾਂ ਮੰਗਣ ਨਹੀਂ ਗਏ? ਪਰ ਅੱਜ ਦੀ ਤਰੀਕ ਦੇ ਵਿੱਚ ਸਾਡੀਆਂ ਸਰਕਾਰਾਂ ਨੂੰ, ਖਾਸ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਸੂਬਾ ਸਰਕਾਰ ਨੂੰ ਇਹ ਨਸੂਰ ਵਾਂਗ ਕਿਉਂ ਚੁੱਭ ਰਿਹਾ? ਸਵਾਲ ਚੰਦਕ ਨੇ ਇਹ, ਜਸਟਿਨ ਟਰੂਡੋ ਉਸ ਨੂੰ ਸਵਾਲ ਕੀਤੇ ਜਾ ਰਹੇ ਨੇ ਜਿਸ ਨੇ ਵਿਸਾਖੀ ਦਾ ਦਿਹਾੜਾ ਬਕਾਇਦਾ ਤੌਰ ਦੇ ਉੱਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪੁੰਜੇ ਬੈਠ ਕੇ ਬਕਾਇਦਾ ਤੌਰ ਦੇ ਉੱਤੇ ਮਨਾ ਕੇ ਇਤਿਹਾਸ ਸਥਾਨ ਕੀਤਾ। ਅੱਜ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਨੇ ਕਿ 10 ਸਾਲ ਪ੍ਰਕਾਸ਼ ਸਿੰਘ ਬਾਦਲਾਂ ਦੀ ਪੰਥਕ ਸਰਕਾਰ ਹੋਣ ਦੇ ਨਾਤੇ ਵੀ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ ਤੱਕ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਕਿਸੇ ਨੇ ਖਾਲਸਾ ਸਾਜਨਾ ਦਿਵਸ ਮਨਾਉਣ ਦੀ ਗੱਲ ਕੀਤੀ ਹੋਵੇ। ਕੀਤੀ ਕਿ ਸਿਰਫ ਇਹੀ ਵੈਰ ਹੈ ਕਿ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਬਾ ਇੱਜ਼ਤ ਜਾ ਕੇ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਮਨਾਇਆ ਜਾਂਦਾ, ਅਤੇ ਅਸੀਂ ਉਸੇ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਦੇ ਹਾਂ, ਜਦਕਿ ਉਸ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਨ ਦੀ ਔਕਾਤ ਸਾਡੇ ਮੁੱਖ ਮੰਤਰੀਆਂ ਕੀ ਕੇਂਦਰ ਦੇ ਕਿਸੇ ਵਜ਼ੀਰ ਦੇ ਵਿੱਚ ਵੀ ਸ਼ਾਇਦ ਮੈਨੂੰ ਨਜ਼ਰ ਨਹੀਂ ਆ ਰਹੀ। ਕੀ ਆ ਜੋ ਸੰਸਦ ਦੇ ਵਿੱਚ 1984 ਦੇ ਵਿੱਚ ਹੋਈ ਸਿੱਖ ਨਸਲਕੁਸ਼ੀ ਜਿਹੜੀ ਹੈ ਉਸ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਗਿਆ ਔਰ ਉਸ ਸਿੱਖ ਨਸਲਕੁਸ਼ੀ ਦੀ ਪ੍ਰਵਾਨਿਤ ਤਸਵੀਰ ਰਾਜਨਾਥ ਸਿੰਘ ਕੇਂਦਰ ਦੇ ਗ੍ਰਹਿ ਮੰਤਰੀ ਨੇ ਉਸ ਵੇਲੇ ਬਕਾਇਦਾ ਤੌਰ ਦੇ ਉੱਤੇ ਦਿੱਲੀ ਦੇ ਗੁਰੂ ਘਰ ਦੇ ਵਿੱਚ ਆ ਕੇ ਇਹ ਦਿੱਤੀ ਕਿ ਬਿਲਕੁਲ ਪਹਿਲੀ ਵਾਰ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਿ ਰਿਹਾ ਕਿ ਉਹ ਸਿੱਖ ਨਸਲਕੁਸ਼ੀ ਸੀ। ਕਿ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਕਹਾਂਗਾ ਕਿ ਨਵੰਬਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ 5 ਅਤੇ ਹੁਣ 2 ਸਾਲਾਂ ਦੇ ਵਿੱਚ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ 10 ਵਰ੍ਹਿਆਂ ਦੇ ਵਿੱਚ ਕਦੇ ਵੀ ਕਿਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 1984 ਦੇ ਉਹਨਾਂ ਨਸਲਕੁਸ਼ੀ ਦੇ ਪੀੜਤਾਂ ਵਾਸਤੇ 2 ਲਫ਼ਜ਼
ਮਤੇ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਕਿੱਡੇ ਕੁ ਵੱਡੇ ਪੱਧਰ ਦੇ ਉੱਤੇ ਉੱਗੜੇ, ਜਾਂ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਿੰਨੇ ਕੁ ਮਤੇ ਪਾਏ, ਕਿਉਂ ਸਿਰਫ ਇੱਕ ਵਾਰੀ ਉਸ ਮੰਚ ਦੇ ਉੱਤੇ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ ਚੰਦ ਚਾਪਲੂਸਾਂ ਦੀਆਂ ਰੈਲੀਆਂ ਕਰਨ ਤੋਂ ਰੋਕਣ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਪ੍ਰਵਾਸੀਆਂ ਵਾਸਤੇ ਏਡੇ ਨਸੂਰ ਆਣ ਫੁੱਟੇ ਨੇ? ਕੀ ਅੱਜ ਉਹ ਹਕੀਕਤ ਸਿੱਧ ਪਾਸ਼ ਦੀਆਂ ਸਤਰਾਂ ਵਾਂਗ, ਪਾਸ਼ ਦੇ ਆਖਣ ਵਾਂਗ, ਉਹ ਹਕੀਕਤ ਬਾਸ਼ਰਤ ਜਿਹੜੀ ਹੈ ਉਹ ਸਿੱਧ ਹੈ ਕਿ ਪੰਜਾਬੀਆਂ ਦੇ ਨਾਲ ਹਰ ਇੱਕ ਹਕੂਮਤ ਦਾ ਉਹੀ ਵੈਰ ਹੈ ਜਿਹੜਾ ਸ਼ਹਿਰ ਦੇ ਵਿੱਚ ਲੋਹੇ ਦੀ ਕਾਰ ਝੂਟਦੀ, ਬਹੁਤ ਮਹਿੰਗੀ ਕਾਰ ਝੂਟਦੀ ਕਿਸੇ ਔਰਤ ਦਾ ਪਿੰਡ ਦੀ ਮਜ਼ਦੂਰ ਕੁੜੀ ਦੇ ਨਾਲ ਵੈਰ ਹੈ? ਕਿ ਸੱਚਮੁੱਚ ਉਹੀ ਵੈਰ ਹੈ? ਕਿ ਅੱਜ ਅਸੀਂ ਆਪਣੇ ਵਤਨ ਨੂੰ ਵਤਨ 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 ਕਰਦੇ, ਭਾਰਤੀ ਭਾਰਤੀ ਹੁੰਦੇ ਹੋਏ, ਪੰਜਾਬੀ ਪੰਜਾਬੀ ਕਹਾਉਂਦੇ ਹੋਏ ਵੀ ਸਾਨੂੰ ਬਕਾਇਦਾ ਤੌਰ ਦੇ ਉੱਤੇ ਇਹਨਾਂ ਲੀਡਰਾਂ ਨੇ ਬੇਵਤਨੇ ਕਰਾਰ ਦੇਣ ਅਤੇ ਬੇਗਾਨੇ ਕਰਾਰ ਦੇਣ ਦੀ ਕਵਾਇਤ ਸ਼ੁਰੂ ਕੀਤੀ ਹੋਈ ਹੈ? ਕੀ ਕਹਿ ਸਕਦੇ ਹਾਂ ਭੰਨ ਸੁੱਟੀਆਂ ਨਾਨਕ ਦੀਆਂ ਵਾਹਵਾਂ, ਪੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ, ਹੁਣ ਮੈਂ ਕਿਸ ਨੂੰ ਵਤਨ ਕਹਾਂਗਾ? ਇਸ ਦੇ ਉੱਤੇ ਕਰਾਂਗੇ ਚਰਚਾ ਬਕਾਇਦਾ ਤੌਰ ਦੇ ਉੱਤੇ, ਪ੍ਰੋਗਰਾਮ ਰਹੇਗਾ ਜਾਰੀ। ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਮੈਂ ਹਾਜ਼ਰ ਹੋਇਆ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਅੱਜ ਬਹੁਤ ਗੰਭੀਰਤਾ ਦੇ ਨਾਲ ਅਤੇ ਸੰਜੀਦਗੀ ਦੇ ਨਾਲ ਇਹ ਵਿਚਾਰਾਂ ਕਰਨੀਆਂ ਕਿ ਉਹ ਕਿਹੜੇ ਅਸਲੀ ਮੁੱਖ ਕਾਰਨ ਨੇ ਜਿਸ ਢੰਗ ਦੇ ਨਾਲ ਸਿਰਫ ਅਤੇ ਸਿਰਫ ਪੰਜਾਬੀਆਂ ਨੂੰ ਨਿਸ਼ਾਨਾ ਸਾਧ ਕੇ ਮਿਹਨਤ ਕਰ ਰਹੇ ਲੋਕਾਂ ਨੂੰ ਵਿਦੇਸ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕੈਨੇਡਾ ਦੀ ਧਰਤੀ ਦੇ ਉੱਤੇ, ਸਿਰਫ ਇਹੀ ਹੈ ਕਿ ਸਾਡੇ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰਾਂ ਦੇ ਵਿੱਚ ਨੁਮਾਇੰਦੇ ਨੇ, ਔਰ ਉਹਨਾਂ ਨੁਮਾਇੰਦਿਆਂ ਨੂੰ ਚੈਲੰਜ ਨਹੀਂ ਕੀਤਾ ਜਾ ਰਿਹਾ, ਸਗੋਂ ਖਾਸ ਤੌਰ ਦੇ ਉੱਤੇ ਉਸ ਸਰਕਾਰ ਦੇ ਮੁਖੀ ਨੂੰ, ਕੈਨੇਡਾ ਦੀ ਸਰਕਾਰ ਦੇ ਮੁਖੀ ਨੂੰ ਚੈਲੰਜ ਕੀਤਾ ਜਾ ਰਿਹਾ। ਇਸ ਦੇ ਉੱਤੇ ਗੈਰ ਗੰਭੀਰ ਇੱਕ ਵਿਲੱਖਣ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੱਡਾ ਰਾਮ ਰੌਲਾ ਪੈਂਦਾ ਰਿਹਾ, ਪਰ ਹਕੀਕਤਾਂ ਦੇ ਆਰ ਪਾਰ ਦੀ ਗੱਲ ਖੁੱਭ ਕੇ ਤੁਹਾਡੇ ਨਾਲ ਕਰਨੀ ਹੈ ਔਰ ਤੁਹਾਡੇ ਵਿਚਾਰ ਵੀ ਜਾਣਾਂਗੇ। ਤੁਸੀਂ ਕਾਲ ਵੀ ਕਰ ਸਕਦੇ ਹੋ 7187865222 ਦੇ ਉੱਤੇ। ਮੇਰੇ ਨਾਲ ਨੇ ਇਸ ਵੇਲੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਮੈਂ ਉਹਨਾਂ ਨਾਲ ਚਰਚਾ ਕਰਾਂਗਾ ਕਿਉਂਕਿ ਕੈਨੇਡਾ ਦੀ ਧਰਾਤਲ ਤੋਂ ਬਹੁਤ ਗਹਿਰ ਗਹਿਰਾਈ ਦੇ ਨਾਲ ਉਹ ਨਾਤਾ ਰੱਖਦੇ ਨੇ, ਅਤੇ ਅਸੀਂ ਇਹ ਵੀ ਪੁੱਛ ਲਾਂਗੇ ਕਿ ਕਿੰਨੀਆਂ ਕੁ ਵੱਡੀਆਂ ਭਾਰਤ ਵਿਰੋਧੀ ਸਰਗਰਮੀਆਂ ਜਿਹੜੀਆਂ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਪੱਤਰਕਾਰਤਾ ਦੇ ਹੁੰਦਿਆਂ ਦੇਖਣ ਨੂੰ ਮਿਲ ਗਿਆ। ਜੇ ਸਿੱਖ ਨਸਲਕੁਸ਼ੀ ਦੀ ਗੱਲ ਕਰਨੀ ਸਿਰਫ ਅਤੇ ਸਿਰਫ ਅਸੀਂ ਸਰਕਾਰ ਦੇ ਖਿਲਾਫ ਗੱਲ ਕਰਦੇ ਹਾਂ, ਤਾਂ ਫਿਰ ਸਭ ਤੋਂ ਪਹਿਲਾਂ ਪਰਚਾ ਤਾਂ ਮੇਰੇ ਖਿਆਲ ਰਾਜਨਾਥ ਸਿੰਘ ਹੋਰਾਂ ਦੇ ਖਿਲਾਫ ਕਰ ਦੇਣਾ ਚਾਹੀਦਾ, ਜਿਨ੍ਹਾਂ ਨੇ ਐਲਾਨਿਆ ਕਿ ਜੈਸ ਇਹ 1984 ਦੀ ਸਿੱਖ ਨਸਲਕੁਸ਼ੀ ਸੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੁਹਾਡਾ ਤੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ। ਮੈਂ ਡਾਕਟਰ ਸਾਹਿਬ ਤੁਹਾਨੂੰ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਕਿ ਕੀ ਮਹਿਸੂਸ ਹੋ ਰਿਹਾ, ਕੈਪਟਨ ਸਾਹਿਬ ਕਿਹੜੀ ਬਿਮਾਰੀ ਤੋਂ ਪੀੜਿਤ ਨੇ ਇਸ ਵੇਲੇ, ਜਿਹੜਾ ਉਹਨਾਂ ਨੂੰ ਸਿਰਫ ਅਤੇ ਸਿਰਫ ਕੈਨੇਡਾ ਦਾ ਹੀ ਸੁਪਨਾ ਆਈ ਜਾਂਦਾ, ਕੈਨੇਡਾ ਦਾ ਹੀ ਸੁਪਨਾ ਆਈ ਜਾਂਦਾ? ਦੋ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਵਾਸੀਆਂ ਨੂੰ ਆਪਣੇ ਗਲ ਨਾਲ ਨਹੀਂ ਲਾਉਂਦੇ ਅਤੇ ਅਰੂਸਾਂ ਨੂੰ ਪਰੇ ਨਹੀਂ ਕਰਦੇ, ਦੋ ਬਿਮਾਰੀਆਂ ਮੈਨੂੰ ਨਜ਼ਰ ਆ ਰਹੀਆਂ, ਪਰ ਅਸਲ ਬਿਮਾਰੀ ਕੀ ਹੈ? ਦਰਅਸਲ ਜਿੱਥੋਂ ਤੁਸੀਂ ਆਪਣੇ ਐਡੀਟੋਰੀਅਲ ਦੇ ਵਿੱਚ ਕੁਝ ਸ਼ਬਦ ਕਹਿ ਰਹੇ ਸੀ, ਮੈਂ ਉੱਥੇ ਗੱਲ ਅੱਗੇ ਤੋਰਦਾ ਜੀ। ਤੁਸੀਂ ਜ਼ਿਕਰ ਕੀਤਾ ਕਿ ਸਿੱਖ ਜੈਨੋਸਾਈਡ ਦਾ, ਨਸਲਕੁਸ਼ੀ ਦਾ। ਇਹ ਜੋ ਭਾਰਤ ਦੇ ਵਿੱਚ 1984 ਵੇਲੇ ਨਸਲਕੁਸ਼ੀ ਹੋਈ, ਸਟੇਟ ਸਪੌਂਸਰ ਟੈਰਰਿਜ਼ਮ ਜਿਸਨੂੰ ਕਹਿ ਸਕਦੇ ਹਾਂ ਅਸੀਂ ਜੀ, ਸਿਆਸੀ ਅਤੇ ਰਾਜਸੀ ਤੌਰ 'ਤੇ ਇਹ ਜਿਹੜਾ ਹੈ ਦੇਸ਼ ਦੀਆਂ ਸਾਰੀਆਂ ਜਿਹੜੀਆਂ ਵੱਖ ਵੱਖ ਸਟੇਟ ਦੀਆਂ ਜਿਹੜੀਆਂ ਅਲੱਗ ਅਲੱਗ ਬ੍ਰਾਂਚਿਸ ਹੁੰਦੀਆਂ ਉਹਨਾਂ ਦੇ ਵੱਲੋਂ ਮਿਲ ਕੇ ਮਿਤ ਕੇ ਐਲਾਨੀਆ ਤੌਰ 'ਤੇ ਇਹ ਸਾਰਾ ਕੁਝ ਕੀਤਾ ਗਿਆ, ਜਿਸ ਦੇ ਪਰੂਫ ਅੱਜ ਦੁਨੀਆਂ ਦੇ ਸਾਹਮਣੇ ਨੇ। ਉਸ ਬਾਰੇ ਬੀਤੇ ਦਿਨੀ ਸਰੀ ਦੇ ਵਿੱਚ ਨਿਊਟਨ
ਲਾਇਬ੍ਰੇਰੀ 'ਚ ਇੱਕ ਇਕੱਠ ਹੋਇਆ ਸੀ ਜਿਸ ਨੂੰ ਕੰਪੇਨ ਟੂ ਅਗੇਂਸਟ ਸਿੱਖ ਜੈਨੋਸਾਈਡ ਰੈਜ਼ੋਲੂਸ਼ਨ ਲਿਆਉਣ ਦੇ ਵਾਸਤੇ ਨਾ ਕੰਪੇਨ ਦੇ ਵਾਸਤੇ ਉਹਦਾ ਮੁੱਢ ਵੱਜਿਆ ਸੀ ਜੀ। ਉਸ ਦੇ ਵਿੱਚ ਇੱਥੇ 25 ਸਾਲ ਕਰੀਬ ਰਹਿ ਚੁੱਕੇ ਮੈਂਬਰ ਆਫ ਪਾਰਲੀਮੈਂਟ ਸਵਿਨ ਰੋਬਿਨਸਨ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਦੁਬਾਰਾ ਨਾਮ ਦੱਸਣਾ ਜੀ। ਸਵਿਨ ਰੋਬਿਨਸਨ ਜੀ ਮੈਂਬਰ ਆਫ ਪਾਰਲੀਮੈਂਟ ਰਹੇ ਨੇ। ਇਹਨਾਂ ਨੇ ਦੁਬਾਰਾ ਇਹ ਇਸ ਵੇਲੇ ਕਾਫੀ ਲੰਮੇ ਵਕਫੇ ਤੋਂ ਬਾਅਦ ਮੁੜ ਚੋਣ ਲੜ ਰਹੇ ਨੇ। ਇਹਨਾਂ ਨੇ ਗੱਲ ਕਹੀ ਕਿ ਦੇਖੋ ਅੱਜ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਦੇਖਦੇ ਹਾਂ ਕਿ ਜੋ ਵੱਖ ਵੱਖ ਕੌਮਾਂ ਨੇ ਨਸਲਾਂ ਨੇ ਜਾਂ ਮਨੁੱਖਤਾ ਦੇ ਘੇਰੇ ਚ ਆਉਣ ਵਾਲੇ ਜੋ ਵੀ ਲੋਕ ਨੇ ਉਹ ਮਨੁੱਖੀ ਸੋਚ ਦੇ ਅਨੁਸਾਰ ਚੱਲਦੇ ਨੇ ਤੇ ਇਹ ਕਿਸੇ ਵੀ ਕੀਮਤ ਤੇ ਇਹ ਗੱਲ ਜਿਹੜੀ ਸਵੀਕਾਰੀ ਨਹੀਂ ਜਾ ਸਕਦੀ ਕਿ ਕਿਸੇ ਇੱਕ ਖਾਸ ਵਰਗ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਸਮੂਹਿਕ ਕਤਲੇਆਮ ਕੀਤਾ ਜਾਏ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹੋ ਜਿਹਾ ਜਿਹੜਾ ਵਰਤਾਰਾ ਚੱਲਿਆ ਜਿਹੜਾ ਭਾਰਤ ਦੇ ਵਿੱਚ ਬਕਾਇਦਾ ਇੱਕ ਖਾਸ ਰੰਗ ਧਰਮ ਨਸਲ ਦੇ ਲੋਕਾਂ ਨੂੰ ਖਤਮ ਕਰਨ ਦੇ ਵਾਸਤੇ ਸਾਰਾ ਕੁਝ ਹੋਇਆ ਇਹ ਨਾ ਸਿਰਫ ਨਿੰਦਣਯੋਗ ਹੈ ਬਲਕਿ ਇਸ ਦੇ ਵਾਸਤੇ ਦੁਨੀਆਂ ਨੂੰ ਦੱਸਿਆ ਜਾਣਾ ਚਾਹੀਦਾ। ਤੇ ਉਹਨਾਂ ਕਿਹਾ ਕਿ ਜੇਕਰ ਉਹ ਵਕਤ ਦੇ ਮੁਤਾਬਕ ਚੁਣੇ ਗਏ ਤਾਂ ਉਹ ਪਾਰਲੀਮੈਂਟ 'ਚ ਨਾ ਸਿਰਫ ਇਸ ਦੇ ਅਗੇਂਸਟ ਇੱਕ ਰੈਜ਼ੋਲੂਸ਼ਨ ਹੀ ਲਿਆਉਣਗੇ ਬਲਕਿ ਇਸ ਨੂੰ ਪਾਸ ਕਰਵਾ ਕੇ ਦੁਨੀਆਂ ਦੇ ਸਾਹਮਣੇ ਰੱਖਣਗੇ ਵੀ ਕਿ ਅਜਿਹਾ ਕੁਝ ਜਿਹੜਾ ਹੈ ਨਹੀਂ ਹੋਣਾ ਚਾਹੀਦਾ। ਇਹ ਇੱਥੋਂ ਦੇ ਰਹਿ ਚੁੱਕੇ ਮੈਂਬਰ ਆਫ ਪਾਰਲੀਮੈਂਟ ਸਵਿਨ ਰੋਬਿਨਸਨ ਨੇ ਅੱਜ ਕਿਸੇ ਵੀ ਕੌਮ ਦੇ ਵਿੱਚ ਵਾਪਰੇ ਇਹ ਕੋਈ ਸੱਭਿਆਚਾਰਕ ਸਮਾਜ ਦੀ ਤਸਵੀਰ ਥੋੜ੍ਹੀ ਹੈ ਕਿ ਹਕੂਮਤਾਂ ਦੇ ਦਬਦਬੇ ਦੇ ਨਾਲ ਸਰਕਾਰਾਂ ਦੀ ਛਤਰ ਛਾਇਆ ਹੇਠ ਔਰ ਬਕਾਇਦਾ ਤੌਰ ਦੇ ਉੱਤੇ ਪੁਲਿਸ ਤੰਤਰ ਔਰ ਵਰਦੀਧਾਰੀ ਗੁੰਡਾਗਰਦੀ ਜਿਹੜੀ ਹੈ ਉਹ ਉਸੇ ਮੁਲਕ ਦੇ ਲੋਕਾਂ ਦਾ ਕਤਲ ਕਰੇ। ਦਿਲਚਸਪ ਗੱਲ ਇਹ ਹੈ ਕਿ ਇਹ ਜੋ ਤੁਸੀਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਜਾਂ ਅੱਜ ਦੇ ਜਿਹੜੇ ਜੋ ਵੱਖ ਵੱਖ ਮੰਤਰੀ ਅਹੁਦਿਆਂ ਤੇ ਬੈਠੇ ਹੋਰ ਲੋਕ ਨੇ ਉਹਨਾਂ ਦੀਆਂ ਸਟੇਟਮੈਂਟਸ ਦਿੱਤੀਆਂ ਇਹ ਬੜੀ ਕਮਾਲ ਦੀ ਗੱਲ ਹੈ ਕਿ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਆਪਣੇ ਜਿਹੜਾ ਓਫਿਸ਼ਲ ਉਹਨਾਂ ਦਾ ਟਵੀਟ ਪੰਨਾ ਹੈ ਉਸ ਤੇ ਲਿਖਿਆ ਕਿ ਕਾਂਗਰਸ 1984 ਸਿੱਖ ਜੈਨੋਸਾਈਡ ਲਈ ਦੋਸ਼ੀ ਹੈ। ਸਿੱਖ ਕਿਸ ਤਰ੍ਹਾਂ ਕਾਂਗਰਸ ਨੂੰ ਜਿਹੜਾ ਹੈ ਉਹ ਅਪਣਾ ਸਕਦੇ ਨੇ ਕਿਉਂਕਿ ਇਹ ਰਾਜਸੀ ਹਿੱਤ ਦੇ ਵਿੱਚ ਸੀ। ਇਹ ਉਹਨਾਂ ਕਿਹਾ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਜਦੋਂ ਉਸਨੂੰ ਵਕਤ ਮੌਕਾ ਮਿਲਦਾ ਹੈ ਉਹ ਜਿੱਥੇ ਜਿੱਥੇ ਜਾ ਕੇ ਇਸ ਦਾ ਰਾਜਸੀ ਮਫਾਦ ਪੂਰਾ ਕਰਨਾ ਹੁੰਦਾ ਤਾਂ ਜ਼ਰੂਰ ਇਸ ਦੀ ਗੱਲ ਕਰਦੇ ਇਸ ਦੀ ਗੱਲ ਹਮੇਸ਼ਾ ਕੀਤੀ ਹੈ ਔਰ ਕਰਦੇ ਨੇ ਅੱਜ ਦੀ ਤਰੀਕ 'ਚ ਬਿਲਕੁਲ। ਤੇ ਜਦੋਂ ਵੀ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਤਾਂ ਉਸ ਦੇ ਵਿੱਚ ਕੋਈ ਪਿੱਛੇ ਨਹੀਂ ਰਹਿੰਦਾ ਇੱਕ ਦੂਜੇ ਤੋਂ ਅੱਗੇ ਹੋ ਕੇ ਇਹ ਗੱਲ ਕਹੀ ਜਾਂਦੀ ਹੈ। ਇੱਥੇ ਮੈਂ ਗੱਲ ਕਰਾਂਗਾ ਕੈਪਟਨ ਸਾਹਿਬ ਹੋਰਾਂ ਦੇ ਮੂੰਹ ਦੇ ਵਿੱਚੋਂ ਅਸੀਂ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਵਧੀਆ ਸਿੱਖ ਨੇ ਪਿਛਲੇ ਟਰਮ ਦੇ ਵਿੱਚ ਉਹਨਾਂ ਨੇ ਕਈ ਚੰਗੇ ਕੰਮ ਕੀਤੇ ਰਿਜ਼ਾਈਨ ਵੀ ਕੀਤਾ ਦਰਬਾਰ ਸਾਹਿਬ ਦੇ ਟੈਕ ਉਹਨਾਂ ਦੇ ਮੂੰਹ ਦੇ ਵਿੱਚੋਂ ਨਸਲਕੁਸ਼ੀ ਦਾ ਸ਼ਬਦ ਜਿਹੜਾ 1984 ਕਦੇ ਨਹੀਂ ਨਿਕਲਿਆ ਔਰ ਅਕਾਲੀ ਦਲ ਦੇ ਆਗੂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਤਾਂ ਉਦੋਂ ਨਿਕਲਦਾ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਉਹ ਵੀ ਗੂੰਗੇ ਹੁੰਦੇ ਕੀ ਕਾਰਨ ਨੇ ਇਹਦੇ। ਮੈਂ ਇਹ ਗੱਲ ਜਿਹੜੀ ਹੈ ਨਾ ਇਹ ਵਰਤਾਰੇ ਦੇ ਤੌਰ ਤੇ ਦੱਸਦਾ ਜੀ ਇਹ ਮਸਲਾ ਕੇਵਲ ਪੋਲੀਟੀਕਲ ਪਾਰਟੀਆਂ ਜਾਂ ਉਹਨਾਂ ਚੋਂ ਕਿਹੜੀ ਸੱਤਾ ਤੇ ਹੈ ਤੇ ਕਿਹੜੀ ਬਾਹਰ ਹੈ ਉਸ ਦਾ ਨਹੀਂ ਮਸਲਾ ਸਿਆਸਤ ਦੇ ਧਰੁਵੀਕਰਨ ਦਾ। ਜਦੋਂ ਪੋਲੀਟੀਕਲ ਪਾਰਟੀਆਂ ਇਸ ਗੱਲ ਤੋਂ ਵਾਕਫ ਨੇ ਕਿ ਇੱਕ ਵੱਡੇ ਵਰਗ ਨੂੰ ਖੁਸ਼ ਕਰਨ ਲਈ ਛੋਟੇ ਤੇ ਘੱਟ ਵੋਟਾਂ ਵਾਲੇ ਵਰਗ ਨੂੰ ਖਤਮ ਕਰਕੇ ਜਿੱਤ ਹਾਸਲ ਹੁੰਦੀ ਹੈ ਤਾਂ ਉਹ ਜਿਹੜੀ ਜਿਹੜੀ ਪਾਰਟੀ ਉਸ ਵਕਤ ਦੀ ਰਾਜਨੀਤਿਕ ਸੱਤਾ ਤੇ ਕਾਬਜ਼ ਹੁੰਦੀ ਹੈ ਉਹ ਉਸ ਨੂੰ ਇਸਤੇਮਾਲ ਕਰਦੀ ਹੈ। ਇਸ ਦੀ ਉਦਾਹਰਨ ਜਦੋਂ
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਾਂ ਉਸ ਤੋਂ ਪਿੱਛੇ ਚੱਲੋ ਕਿ ਜਦੋਂ ਦੇਖਿਆ ਕਿ ਉਸ ਐਮਰਜੈਂਸੀ ਦੇ ਦੌਰ ਤੋਂ ਬਾਅਦ ਜਿਵੇਂ ਉਸਦੀ ਸਿਆਸੀ ਸੱਤਾ ਟੁੱਟੀ, ਪਾਰਟੀਆਂ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਿਆ, ਤੇ ਉਸਦੇ ਦਿਮਾਗ ਦੇ ਵਿੱਚ ਉਸ ਵੇਲੇ ਇਹ ਗੱਲ ਬਹਿ ਚੁੱਕੀ ਸੀ ਕਿ ਇਸਦਾ ਵਿਰੋਧ ਕਰਨ ਵਾਲੇ ਜਿਹੜੇ ਸਿੱਖ ਨੇ ਐਮਰਜੈਂਸੀ ਦੇ ਵਿੱਚ ਕਿਸ ਹੱਦ ਤੱਕ ਨੇ, ਖਾਸ ਤੌਰ ਤੇ ਉਸ ਸਮੇਂ ਦਾ ਜਿਹੜਾ ਅਕਾਲੀ ਦਲ ਸੀ ਤੇ ਉਸਦੀ ਜਿਹੜੀ ਪਾਕ ਪਵਿੱਤਰਤਾ ਅੱਜ ਵੀ ਇਤਿਹਾਸਕ ਮਿਸਾਲ ਹੈ, ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਹ ਇੱਕ ਬੜਾ ਤਿੱਖਾ ਵਿਰੋਧ ਸੀ ਤੇ ਇਸ ਤਿੱਖੇ ਵਿਰੋਧ ਦੇ ਵਿੱਚ ਦੁਸ਼ਮਣੀ ਦਾ ਦਾਇਰਾ ਜਿਹੜਾ ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ। ਦਰਬਾਰ ਸਾਹਿਬ ਤੇ ਹਮਲਾ ਕੋਈ ਅਚਨਚੇਤੀ ਕਾਰਵਾਈ ਨਹੀਂ ਸੀ, ਕੋਈ ਕੱਲੀ ਉਸ ਵੇਲੇ ਦੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕਾਰਵਾਈ ਨਹੀਂ ਸੀ, ਕੋਈ ਇੱਕ ਸਿਆਸੀ ਪਾਰਟੀ ਦੀ ਕਾਰਵਾਈ ਨਹੀਂ ਸੀ। ਉਹ ਇੱਕ ਪੂਰਾ ਉਸ ਢਾਂਚੇ ਦਾ, ਉਸ ਸਿਸਟਮ ਦਾ ਗਿਣਿਆ ਮਿਥਿਆ ਇੱਕ ਤਰੀਕਾ ਸੀ, ਜਿਸ ਦੇ ਵਿੱਚੋਂ ਉਸਨੂੰ ਪਤਾ ਸੀ ਕਿ ਅਗਲੀ ਵਾਰ ਮਜ਼ਬੂਤ ਹੋ ਕੇ ਦੇਸ਼ ਦੀ ਸੱਤਾ ਸੰਭਾਲਣ ਲਈ ਮੈਨੂੰ ਕੁਝ ਐਸਾ ਕਰਨਾ ਪਏ ਤਾਂ ਮੈਂ ਜ਼ਰੂਰ ਕਰਾਂਗੀ, ਜਿਸ ਦੇ ਨਾਲ ਸਾਰੇ ਜਿਸ ਨੂੰ ਸਪੋਰਟ ਕਰਨ, ਬਜਾਏ ਇਸ ਦੇ ਕਿ ਉਸਨੇ ਇਸ ਨੂੰ ਇੱਕੋ ਦਮ ਕਰਨ ਦੀ ਥਾਂ ਤੇ ਉਹ ਸਾਰੇ ਵਿਗੜੇ ਹੋਏ ਹਾਲਾਤ ਦੇ ਵਿੱਚ ਦੂਜਿਆਂ ਦੀਆਂ ਟਿੱਪਣੀਆਂ ਪ੍ਰੋਟੋਕਾਲ ਜਿਹੜਾ ਹੈ ਉਹ ਕਿਤੇ ਵੀ ਖੜਦਾ ਹੈ ਕਿ ਇੱਕ ਸਟੇਟ ਦਾ ਮੁੱਖ ਮੰਤਰੀ ਇੱਕ ਲੱਠੇਦਾਰ ਕੰਟਰੀ ਦੇ ਪ੍ਰਧਾਨ ਮੰਤਰੀ ਨੂੰ ਕਵੇ ਕਿ ਮੈਂ ਉਹਨੂੰ ਬਕਾਇਦਾ ਤੌਰ ਦੇ ਉੱਤੇ UNO ਦੇ ਵਿੱਚ ਖੜਾ ਕਰਨਾ? ਮੇਰਾ ਖਿਆਲ ਹੈ ਕਿ UNO ਦੇ ਵਿੱਚ ਹਾਲੇ ਸਾਡੇ ਮੁੱਖ ਮੰਤਰੀ ਆਏ ਨਹੀਂ ਹੋਣੇ ਕਦੇ। ਮੈਂ ਉਸੇ ਗੱਲ ਤੇ ਹੀ ਆਉਣਾ ਚਾਹੁੰਦਾ ਬੜੀ ਬਰੀਫ ਦੇ ਵਿੱਚ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਹੋਇਆ ਤੇ ਉਸ ਵੇਲੇ ਉਸ ਸਮੇਂ ਚਾਹੇ ਅਡਵਾਨੀ ਸੀ, ਵਾਜਪਾਈ ਸੀ, ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਹੱਲਾਸ਼ੇਰੀ ਦਿੱਤੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਵੇ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਇਹ ਕਿਹਾ ਕਿ ਵੱਡਾ ਦਰਖਤ ਹਿਲਦਾ ਧਰਤੀ ਕੰਬਦੀ ਹੈ, ਤਾਂ ਉਸ ਵੇਲੇ ਵੋਟਾਂ ਮਿਲੀਆਂ, ਅੰਨੀ ਸੱਤਾ ਹਾਸਲ ਹੋਈ। ਉਹ ਸੱਤਾ ਦਾ ਜਦੋਂ ਪ੍ਰਯੋਗ ਜਿਹੜਾ ਕਾਂਗਰਸ ਨੇ ਕੀਤਾ ਤੇ ਬੀਜੇਪੀ ਨੇ ਉਸ ਨੂੰ ਦੁਬਾਰਾ ਲਾਗੂ ਕੀਤਾ ਤੇ ਅੱਜ ਤੱਕ ਲਾਗੂ ਕਰਦੀ ਆ ਰਹੀ ਹੈ। ਹੁਣ ਕੈਪਟਨ ਦੀ ਗੱਲ ਕਰੋ, ਪੰਜਾਬ ਦੀ ਸਿਆਸਤ ਦੇ ਵਿੱਚ ਚਾਹੇ ਪੋਲੀਟੀਕਲ ਪਾਰਟੀ ਉਸ ਦੀ ਕੋਈ ਵੀ ਹੈ, ਰਾਜਨੀਤਿਕ ਤੌਰ ਤੇ ਸੋਚ ਇੱਕੋ ਹੀ ਹੈ ਕਿ ਇਹ ਜਿਹੜਾ ਬੁਰਜੁਆ ਢਾਂਚਾ ਹੈ ਇਸ ਨੂੰ ਕਾਇਮ ਕਰਕੇ ਕਿਸ ਤਰੀਕੇ ਦੇ ਨਾਲ ਕੁਛ ਇੱਕ ਤਾਕਤਾਂ ਨੂੰ ਜਿਹੜੀਆਂ ਸਿਆਸਤ ਦੇ ਵਿੱਚ ਉਸਦੀ ਵੋਟ ਬੈਂਕ ਨੇ ਉਹਨਾਂ ਨੂੰ ਖੁਸ਼ ਕਰਨ ਲਈ ਕਿਹੋ ਜਿਹੀ ਬਿਆਨਬਾਜ਼ੀ ਕੀਤੀ ਜਾਏ। ਨਹੀਂ, ਕੈਪਟਨ ਨੂੰ ਇਸ ਗੱਲ ਦਾ ਕੀ ਪਤਾ ਨਹੀਂ ਕਿ ਜੋ ਉਹ ਕਹਿ ਰਿਹਾ ਗਲਤ ਹੈ? ਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਸ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਲੁਧਿਆਣਾ ਜਾਂ ਅੰਮ੍ਰਿਤਸਰ ਦੇ ਵਿੱਚ ਜੇ ਕੋਈ RSS ਦੇ ਵਿਅਕਤੀ ਦਾ ਕਤਲ ਹੁੰਦਾ ਹੈ ਤੇ ਉਸਦੀ ਕਿਸੇ ਵੀ ਕੀਮਤ ਤੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਜਾਂ NDP ਦੇ ਆਗੂ ਜਿਹੜੇ ਸਿੱਖ ਸਰਦਾਰ ਨੌਜਵਾਨ ਨੇ ਉਹਨਾਂ ਦੇ ਨਾਲ ਕਿਸੇ ਵੀ ਕੀਮਤ ਤੇ ਲੜੀ ਨਹੀਂ ਜੁੜ ਸਕਦੀ। ਉਹ ਬਿਆਨ ਅੰਨੇਵਾਹ ਜਦੋਂ ਇਹ ਬਿਆਨ ਦੇ ਦਿੰਦਾ ਹੈ ਤਾਂ ਕੀ ਉਸਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਇਹ ਬਿਆਨ ਜਿਹੜਾ ਉਸਦਾ ਗੈਰ ਜ਼ਿੰਮੇਵਾਰਾਨਾ ਹੈ? ਕੀ ਉਸਨੂੰ ਇਹ ਨਹੀਂ ਪਤਾ ਕਿ ਇੱਕ ਦੇਸ਼ ਦੇ ਰਾਸ਼ਟਰ ਆਗੂ ਨੂੰ, ਪ੍ਰਧਾਨ ਮੰਤਰੀ ਨੂੰ UNO ਦੇ ਵਿੱਚ ਉਹ ਇਸ ਗੱਲ ਤੇ ਚੈਲੰਜ ਕਰਕੇ ਜਿਹੜਾ ਕਿ ਉਸਦਾ ਹਮਰੁਤਬਾ ਵੀ ਨਹੀਂ ਹੈ, ਇਸ ਗੱਲ ਦੇ ਲਈ ਉਸਨੂੰ ਸਵਾਲ ਜਵਾਬ ਤੇ ਤਲਬੀ ਦੇ ਵਾਸਤੇ ਪ੍ਰਧਾਨ ਮੰਤਰੀ ਭਾਰਤ ਨੂੰ ਕਵੇ? ਉਸਨੂੰ ਸਭ ਪਤਾ ਹੈ, ਸਿਰਫ ਇਹ ਹੈ ਕਿ ਇਸ ਵੇਲੇ ਚਾਹੇ ਕਾਂਗਰਸ ਹੈ ਚਾਹੇ BJP ਹੈ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਸ ਗੱਲ ਦੇ ਲਈ ਤਾਕਤ ਦੇ ਵਿੱਚ ਸੱਤਾ ਨੂੰ ਆਪਣੇ ਹੱਥ ਦੇ ਵਿੱਚ ਕਾਇਮ ਰੱਖਣ ਲਈ ਪ੍ਰਭਾਵ ਕਾਇਮ ਕਰ ਰਹੀਆਂ ਨੇ।
ਕਿ ਵੋਟ ਬੈਂਕ ਸਾਡਾ ਮਜ਼ਬੂਤ ਹੋਵੇ, ਕਿਤੇ ਮੇਰਾ ਵੋਟ ਬੈਂਕ ਇਹ ਨਾ ਖਿੱਚ ਲਵੇ, ਜਿਵੇਂ ਕਿ ਪੰਜਾਬ ਦੇ ਵਿੱਚ ਮੌਜੂਦਾ ਰਾਜਸੀ ਚੋਣਾਂ ਦੇ ਨਤੀਜੇ ਸਾਬਤ ਕਰ ਚੁੱਕੇ। ਡਾਕਟਰ ਮੈਂ ਤੁਹਾਡੇ ਕੋਲ ਇਹ ਜ਼ਰੂਰ ਪੁੱਛਣਾ ਚਾਹਾਂਗਾ, ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਵੱਸਦੇ ਹੋ, ਜਿੱਡੇ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਕੈਨੇਡਾ ਦੇ ਸਿੱਖਾਂ ਦੇ ਵਾਸਤੇ, ਕਿ ਕੈਨੇਡਾ ਦੇ ਵਿੱਚ ਬਹੁਤ ਹੀ ਸਾਰੇ ਖਾਲਿਸਤਾਨੀ ਨੇ, ਖਾਲਿਸਤਾਨ ਦੀਆਂ ਸਰਗਰਮੀਆਂ ਹੋ ਰਹੀਆਂ ਨੇ, ਅੱਤਵਾਦ ਦੀਆਂ ਸਰਗਰਮੀਆਂ ਹੋ ਰਹੀਆਂ ਨੇ, ਇੱਥੇ ਤੱਕ ਕਿ ਇਨਡਾਇਰੈਕਟਲੀ ਪੰਜਾਬ ਦੀ ਪੁਲਿਸ ਵੱਲੋਂ ਸਿਰਸਾ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਵਿੱਚੋਂ ਜਿਹੜੇ ਬੰਦਿਆਂ ਨੇ ਹਮਲਾ ਕੀਤਾ, ਜਦਕਿ ਅਸਿੱਧੇ ਰੂਪ ਦੇ ਵਿੱਚ ਅੱਜ ਵੱਖ ਵੱਖ ਵਰਗ ਇਹ ਕਹਿ ਰਹੇ ਨੇ ਕਿ ਉਹ ਲੋਕ ਹਮਲਾ ਕਰਨ ਵਾਲੇ ਸਿਰਸਾ ਸਾਧ ਦੇ ਹੀ ਬੰਦੇ ਹੋ ਸਕਦੇ ਨੇ, ਕਿਉਂਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਉਹ ਸਿਰਸਾ ਸਾਧ ਨੂੰ ਮਿਲਣਾ, ਜਾਂ ਉਸ ਕੇਸ ਦੇ ਵਿੱਚ ਇਨਵੋਲਵ ਜਿਹੜੇ ਨੇ ਲੀਡਰ ਵਗੈਰਾ ਤੌਰ 'ਤੇ ਰਾਜਨੀਤਿਕ ਲੋਕ ਉਹਨਾਂ ਨੂੰ ਮਿਲਣਾ, ਪਰ ਇਨਡਾਇਰੈਕਟਲੀ ਇਸ ਤਰ੍ਹਾਂ ਦੀ ਗੱਲ ਵੀ ਖਬਰਾਂ ਦੇ ਵਿੱਚ ਘੁਮਾਈ ਜਾ ਰਹੀ ਹੈ ਜੀ, ਉਹਨਾਂ ਨੂੰ ਬਾਹਰੋਂ ਕਿਤਿਓਂ ਫੰਡਿੰਗ ਆ ਰਹੀ ਸੀ, ਮਹੀਨੇ ਦੀ ਜਿਵੇਂ 5,000 ਰੁਪਈਆ ਪੈਨਸ਼ਨ ਲੱਗੀ ਹੁੰਦੀ ਹੈ, ਦੱਸੋ ਜੇਲ੍ਹ ਦੇ ਵਿੱਚ ਕਿਸੇ ਨੂੰ ਪੈਨਸ਼ਨ ਪ੍ਰਾਪਤ ਹੋ ਰਹੀ ਸੀ? ਜੇਕਰ ਜੇਲ੍ਹ ਤੰਤਰ ਦੀ ਕਮਜ਼ੋਰੀ ਹੈ ਕਿ 200 ਇੰਨੀਆਂ ਕਾਲਾਂ ਹੋਈਆਂ, 300 ਇੰਨੀਆਂ ਕਾਲਾਂ ਹੋਈਆਂ, ਉਸ ਵੇਲੇ ਸੁੱਤਾ ਪਿਆ ਜੇਲ੍ਹ ਪ੍ਰਸ਼ਾਸਨ ਵੀ, ਕਾਲਾਂ ਹੋ ਰਹੀਆਂ ਅੰਦਰੋਂ। ਦਰਅਸਲ ਇਹ ਗੱਲ ਜਿਹੜੀ ਸਾਰੀ ਹੈ ਨਾ, ਇਹ ਉਸੇ ਸਿਸਟਮ ਦਾ ਹੀ ਹਿੱਸਾ ਹੈ। ਤੁਸੀਂ ਦੇਖੋ ਕਿ ਬਿਆਨ ਤੁਸੀਂ ਜਦੋਂ ਪੜ੍ਹਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੇ, ਇਹ ਬਿਆਨ ਇੱਕ ਉਸ ਫਰਸਟ੍ਰੇਸ਼ਨ ਜਾਂ ਇੱਕ ਗਿਣੀ ਮਥੀ ਉਸ ਚਾਲ ਜਾਂ ਇੱਕ ਰਾਜਸੀ ਤੌਰ ਤੇ ਵੋਟਾਂ ਨੂੰ ਹਥਿਆਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਕਿਸੇ ਵੀ ਪੱਧਰ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਮੇ ਕੈਨੇਡਾ ਦਾ ਅੱਜ ਰਾਸ਼ਟਰੀ ਦਿਨ ਹੈ, ਅੱਜ ਕੈਨੇਡਾ ਦਿਵਸ ਹੈ, ਜਿਸ ਦੀ ਮੈਂ ਇਸ ਵੇਲੇ ਕੈਨੇਡਾ ਤੇ ਕੈਨੇਡਾ ਦੇ ਸਾਥੀ ਸੰਗੀ ਮੁਲਕ ਅਮਰੀਕਾ ਦੇ ਵਸਨੀਕਾਂ ਨੂੰ ਵੀ ਮੁਬਾਰਕਬਾਦ ਦੇਵਾਂਗਾ ਜੀ, ਆਪ ਜੀ ਨੂੰ। ਇਹ ਕੈਨੇਡਾ ਡੇ ਜਿਹੜਾ ਹੈ, ਕੈਨੇਡਾ ਦੇ ਇਹ ਜੋ ਮੂਲ ਵਾਸੀਆਂ ਦੀ ਧਰਤੀ ਹੈ, ਉਹਨਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਇਹ ਜ਼ਮੀਨ ਨੂੰ ਕਾਇਮ ਕੀਤਾ, ਉਸ ਤੋਂ ਬਾਅਦ ਇੱਥੇ ਕੌਮਾਂ ਆਈਆਂ, ਵੱਖ ਵੱਖ ਆਈਆਂ। ਅੱਜ ਅਸੀਂ ਜਦੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਧੰਨਵਾਦੀ ਹੋਣਾ ਬਣਦਾ। ਕੈਪਟਨ ਅਮਰਿੰਦਰ ਸਿੰਘ ਦੀਆਂ ਅਜਿਹੀਆਂ ਸਟੇਟਮੈਂਟਾਂ ਦੇ ਉੱਤੇ ਸਾਡੇ ਚੁਣੇ ਹੋਏ ਉੱਥੇ ਪ੍ਰਤੀਨਿਧ ਜਿਹੜੇ ਨੇ ਉਹਨਾਂ ਦੇ ਉੱਤੇ, ਜਾਂ ਜਸਟਿਨ ਟਰੂਡੋ ਦੀ ਰਾਜਨੀਤੀ ਜਾਂ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਪੈਣ ਦੇ ਆਸਾਰ ਨੇ, ਜਾਂ ਇਸ ਨੂੰ ਬਿਲਕੁਲ ਹਵਾ ਦੇ ਵਿੱਚ ਉਡਾਏ ਹੋਏ ਲਿਫਾਫਿਆਂ ਦੇ ਤੌਰ ਦੇ ਉੱਤੇ ਲਿਆ ਜਾਵੇ? ਜਿੱਥੋਂ ਤੱਕ ਤਾਂ ਆਮ ਲੋਕਾਂ ਦੀ, ਕੈਨੇਡੀਅਨ ਵਾਸੀਆਂ ਦੀ ਸੋਚ ਦੀ ਗੱਲ ਕਰਦੇ ਹੋ, ਇਹੋ ਜਿਹੀਆਂ ਸਟੇਟਮੈਂਟਾਂ ਉਹ ਆਪਣੇ ਲੈਵਲ ਤੇ ਡਿਸਕਸ ਕਰਨਾ ਵੀ ਨਹੀਂ ਚਾਹੁੰਦੇ, ਉਹਨਾਂ ਲਈ ਕੋਈ ਲੈਣਾ ਦੇਣਾ ਨਹੀਂ ਜੀ। ਇਹ ਸਿਰਫ ਅੰਤਰਰਾਸ਼ਟਰੀ ਮੰਚ ਤੇ ਇੱਕ ਲੌਬੀ ਕ੍ਰੀਏਟ ਕਰਨ ਲਈ ਕਿ ਜਿਹੜੇ ਸਿੱਖ ਵਸਦੇ ਨੇ ਵਿਦੇਸ਼ਾਂ ਚ, ਬੇਇਨਸਾਫੀ ਦੇ ਖਿਲਾਫ ਜਿਹੜੇ ਆਵਾਜ਼ ਉਠਾਉਂਦੇ ਨੇ, ਜਿਹੜੇ ਆਖਦੇ ਨੇ ਕਿ ਪੰਜਾਬ ਦੇ ਵਿੱਚ ਨਸਲਘਾਤ ਹੋਈ ਹੈ ਦੇਸ਼ ਦੇ ਅੰਦਰ, ਤੇ ਪੰਜਾਬ ਨੂੰ ਅਜੇ ਵੀ ਘਸਿਆਰਾ ਬਣਾਇਆ ਜਾ ਰਿਹਾ, ਉਹਨਾਂ ਦੇ ਉੱਪਰ ਇੱਕ ਖਾਸ ਕਿਸਮ ਦਾ ਠੱਪਾ ਲਾ ਦਿਓ, ਤਾਂ ਕਿ ਉਹਨਾਂ ਦੀ ਕਹੀ ਗੱਲ ਕੋਈ ਅਰਥ ਨਾ ਰੱਖੇ, ਤੇ ਜੇ ਵਿਗੜੇ ਹਾਲਾਤ ਆਪ ਤੋਂ ਦੇਸ਼ ਦੇ ਪੰਜਾਬ ਦੇ ਸਾਹਮਣੇ ਨਹੀਂ ਜਾਂਦੇ, ਤਾਂ ਇਹ ਜਿਹੜਾ ਸਾਰੇ ਦਾ ਸਾਰਾ ਦਰਅਸਲ ਕੇਵਲ ਇਹ ਨਹੀਂ ਹੈ ਜੀ, ਇਸ ਤੋਂ ਵੀ ਬਹੁਤ ਵੱਡੀ ਗੱਲ ਹੈ, ਕਿਉਂਕਿ ਰਿਆਸ ਸਾਹਿਬ ਇਹ ਜਿਹੜੇ ਲੋਕ ਨੇ, ਅਸੀਂ ਕਈ ਵਾਰ ਸਮਝ ਲੈਂਦੇ ਹਾਂ ਕਿ ਇਹ ਜੋ ਸਾਹਮਣੇ ਨਜ਼ਰ ਆਉਂਦਾ ਸ਼ਾਇਦ ਇਹੀ ਇਹਨਾਂ ਦਾ ਸੱਚ ਹੈ, ਇਹਨਾਂ ਦੇ ਪਿੱਛੇ ਬਹੁਤ ਕੁਝ ਐਸਾ ਹੈ ਜਿਹੜਾ ਕਿ ਉਸ ਖਾਸ ਕਿਸਮ ਦੇ ਢਾਂਚੇ ਦਾ ਕਾਇਮ ਕੀਤਾ ਹੋਇਆ, ਤੇ ਕੱਲ ਕੇਵਲ ਸਿੱਖਾਂ ਦੀ ਨਹੀਂ, ਜਿਹੜੇ ਵੀ ਲੋਕ ਸਥਾਪਤੀ ਦੇ ਅਗੇਂਸਟ ਜਾਂ ਇਹਨਾਂ ਤਾਕਤਾਂ ਦੇ ਵਿਰੁੱਧ ਬੋਲਦੇ ਨੇ, ਉਹ ਇਹਨਾਂ ਦੇ ਨਿਸ਼ਾਨੇ ਤੇ ਨੇ। ਅੱਜ ਕੈਪਟਨ ਦੇ ਨਿਸ਼ਾਨੇ ਤੇ ਕੈਨੇਡਾ ਦੇ ਸਿੱਖ ਨੇ, ਜਾਂ ਕੱਲ ਬੀਜੇਪੀ ਦੇ ਨਿਸ਼ਾਨੇ ਤੇ ਕੋਈ ਹੋਰ ਹੈ, ਜਾਂ ਫਿਰ ਹੋਰ ਕਿਸੇ ਵਰਗ ਦੀ ਗੱਲ ਹੈ। ਜੇਕਰ ਅੱਜ ਇਨਸਾਫ ਪਸੰਦ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਤਾਂ ਮੈਂ ਸਮਝਦਾ ਕਿ ਉਹ ਗੁਰੂ ਨਾਨਕ ਨਾਮ ਲੇਵਾ ਸੰਕਲਪ ਨੂੰ ਲੈ ਕੇ ਚੱਲ ਰਹੇ ਨੇ, ਜਿਹਨਾਂ ਦੇ ਵਿੱਚ ਉਹ ਆਖਦੇ ਨੇ
ਸਾਨੂੰ ਪ੍ਰੇਰਨਾ ਵੀ ਦਿੰਦੇ ਨੇ। ਅੱਜ ਅਸੀਂ 550ਵਾਂ ਵਰ੍ਹਾ ਵੀ ਜਦੋਂ ਮਨਾਉਂਦੇ ਹਾਂ ਤਾਂ ਇਹ ਆਖਦੇ ਨੇ ਕਿ ਪਾਪ ਕੀ ਜੰਝ ਲੈ ਕਾਬਲੋ ਧਾਇਆ ਚੋਰੀ ਮੰਗੇ ਦਾਨ ਵੇ ਲਾ ਲਓ। ਉਹ ਜੰਝ ਪਾਪ ਦੀ ਕਿਤੋਂ ਵੀ ਕੋਈ ਲੈ ਕੇ ਆਉਂਦਾ ਤਾਂ ਉਹ ਜਿਹੜਾ ਇਹੋ ਜਿਹਾ ਅਤਿਆਚਾਰ ਕਰਦਾ ਰਾਜੇ ਸ਼ੀਂ ਮੁਕੱਦਮ ਕੁੱਤੇ ਵਾਲੀ ਗੱਲ ਉਹ ਸਾਰਿਆਂ ਤੇ ਲਾਗੂ ਹੁੰਦੀ ਹੈ। ਅੱਜ ਆਪਾਂ ਮੰਨ ਸਕਦੇ ਕਿ ਅੱਜ ਅਜਿਹੀ ਇੱਕ ਜੰਝ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਵਕਤ ਇਜਾਜ਼ਤ ਨਹੀਂ ਦਿੰਦਾ, ਕਾਲ ਲਵਾਂਗੇ ਅਸੀਂ ਸਾਰੇ ਸੱਜਣਾਂ ਦੀ ਕਿ ਇਸ ਨਜ਼ਰੀਏ ਤੋਂ ਜਸਟਿਨ ਟਰੂਡੋ ਦੇ ਖਿਲਾਫ ਇੱਕ ਹਵਾੜ ਕੱਢੀ ਜਾ ਰਹੀ ਹੈ ਔਰ ਸਾਡੇ ਕੈਨੇਡੀਅਨ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਖਿਲਾਫ ਹਵਾੜ ਕੱਢੀ ਜਾ ਰਹੀ ਹੈ ਇੱਕ ਮੁੱਖ ਮੰਤਰੀ ਵੱਲੋਂ, ਜਦਕਿ ਆਮ ਰੁਤਬਾ ਵਾਲੀ ਗੱਲ ਵੀ ਨਹੀਂ। ਕੀ ਤੁਹਾਡਾ ਨਜ਼ਰੀਆ ਕੀ ਨੇ ਤੁਹਾਡੇ ਵਿਚਾਰ? ਕਾਲ ਮੀ 7187867522 ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਕਰ ਸਕਦੇ ਹੋ ਕਾਲ ਸਾਨੂੰ ਸਕਰੀਨ ਦੇ ਉੱਤੇ ਆ ਰਹੇ ਨੰਬਰ 7187867522, ਈਮੇਲ ਮੇਰੇ rh@justbroadcasting.com ਔਰ info@justbroadcasting.com। ਦੱਸਣਾ ਚਾਹਾਂਗਾ ਕੈਨੇਡਾ ਔਰ ਅਮਰੀਕਾ ਭਾਵ ਕਿ ਉੱਤਰੀ ਅਮਰੀਕਾ ਨੂੰ ਛੱਡ ਕੇ ਤੁਸੀਂ ਸਾਡੀ ਜਿਹੜੀ ਲਾਈਵ ਸਟ੍ਰੀਮਿੰਗ ਆਲ ਜਸ ਚੈਨਲਸ ਜਸ ਪੰਜਾਬੀ ਜਸ ਵਨ ਔਰ ਜਸ ਹਿੰਦੀ ਜਿਹੜੀ ਹੈ ਉਹ www.justbroadcasting.com ਦੇ ਉੱਤੇ ਵਰਲਡ ਵਾਈਡ ਜਿਹੜਾ ਹੈ ਉਹ ਉਸਨੂੰ ਦੇਖ ਸਕਦੇ ਹੋ। ਸੋ ਕਰੀਏ ਤੁਹਾਡੇ ਨਾਲ ਵਿਚਾਰਾਂ ਕਿ ਕਿਹੜੀ ਬਿੱਲੀ ਛਿੱਕ ਗਈ ਪੰਜਾਬੀਆਂ ਦੇ ਖਿਲਾਫ, ਪ੍ਰਵਾਸੀਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਰੈਡ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰੈਡ ਸਾਹਿਬ, ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਕੈਪਟਨ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਜੀ, ਇਹ ਤੋਂ ਆਪ ਦੀ ਸਟੇਟ ਤਾਂ ਪੰਜਾਬ ਦੀ ਸਾਂਭੀ ਨਹੀਂ ਜਾਂਦੀ, ਸਾਰੇ ਮੰਤਰੀ ਇਹਦੇ ਬਿਠਾਏ ਹੋਏ ਬਾਹਰ ਹੋਏ ਬਾਕੀ ਹੋਈ ਹੈ ਜੀ। 18-19 ਇਹਨੇ ਮਹਿਕਮੇ ਸਾਂਭੇ ਹੋਏ ਤੇ ਕੰਮ ਕੋਈ ਵੀ ਨਹੀਂ ਕੋਰੀਆਂ ਜੀ। ਉਹ 18-19 ਮਹਿਕਮੇ, ਉਹੀ ਗੱਲ ਹੈ ਨਾ ਜੀ, ਮਹਿਕਮਿਆਂ ਦੇ ਵਿੱਚੋਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ। ਹਾਂਜੀ ਤੇ ਯਾਰ ਸਾਹਿਬ, ਇਹ ਚੈਲੰਜ ਉਸ ਕੰਟਰੀ ਨੂੰ ਕਰ ਰਿਹਾ ਕੈਨੇਡਾ ਨੂੰ, ਜਿਹੜਾ ਕਿ ਮੇਰੇ ਖਿਆਲ ਤੁਸੀਂ ਵੀ ਸ਼ਾਇਦ ਕਹੋਗੇ ਦੁਨੀਆ ਦਾ ਟਾਪ ਦਾ ਕੰਟਰੀ ਹੈ ਜਿੱਥੇ ਸਾਰੇ ਦੇਸ਼ਾਂ ਦੇ ਲੋਕ ਰਹਿ ਰਹੇ ਆ। ਸਰ ਮੈਂ ਤਾਂ ਸਵਾਲ ਹੀ ਇੱਕ ਕੀਤਾ ਹੈ, ਉਹਨਾਂ ਨੇ ਆਪਣੀ ਸੰਸਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਭੋਗ ਪਾ ਕੇ ਖਾਲਸੇ ਦਾ ਜਨਮ ਦਿਹਾੜਾ ਮਨਾਇਆ, ਕੀ ਇਹ ਵਿਧਾਨ ਸਭਾ ਦੇ ਵਿੱਚ ਵੀ ਪੰਥਕ ਤੇ ਕੈਪਟਨ ਸਾਹਿਬ ਮਨਾ ਸਕੇ? 20 ਸਾਲਾਂ ਤੋਂ, ਪਿਛਲੇ ਸਾਲਾਂ ਤੋਂ ਵਿਧਾਨ ਸਭਾ ਇਹਨਾਂ ਕੋਲ ਹੈ। ਹਾਂਜੀ ਤੇ ਇਹਨਾਂ ਦਾ ਯਾਰ ਸਾਹਿਬ ਕਾਮਾ ਘਾਟਾ ਮਾਰੂ ਦੀ ਵੀ ਮਾਫੀ ਮੰਗ ਲਈ ਟੂਡੋ ਨੇ, ਤਾਂ ਸਾਰੇ ਲੋਕ ਇਹਦੇ ਸੁਖੀ ਦੱਸਦੇ ਆ। ਇਹਨੂੰ ਦੋ ਗੱਲਾਂ ਤੋਂ ਬੜੀ ਟੈਕ ਹੈ, ਇੱਕ ISI ਪਾਕਿਸਤਾਨ ਦੀ ਤੇ ਰੂਸਾਂ ਨੂੰ ਆਪਦੇ ਘਰੇ ਰੱਖੀ ਬੈਠਾ, ਜਾਂ ਖਾਲਿਸਤਾਨ ਜਾਂ ਕਹੂੰਗਾ ਨਕਸਲਵਾਦੀ ਮੂਵਮੈਂਟ ਚੋਂ ਬੰਦੇ ਆਏ ਹੋਏ ਆ ਆਹੀ ਇਹਨੂੰ। ਤੇ ਇਹਨੇ ਇੱਕ ਵੀ ਮਤਾ ਇਹਨਾਂ ਨੇ ਪਵਾਇਆ, ਇਹਨੇ ਕਹਿ ਕੇ ਨਸਲ ਖੁਸ਼ੀ ਹੋਈ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, 30 ਸਾਲ ਹੋ ਗਏ ਯਾਰ ਸਾਹਿਬ ਜਨਤਕ ਰਿਪੋਰਟ ਕਰਨ ਲਈ ਇਹ ਕੋਈ ਕੰਮ ਨਹੀਂ ਕਰ ਸਕੇ, ਆਪਦੀ ਜਾਨ ਖਾ ਜਾ ਉੱਥੇ, ਇਹਨੂੰ ਜਨਤਕ ਕਰ ਦਿੰਦੇ ਬਲੂ ਸਟਾਰ ਵਾਲੀ ਨੋਟ 35 ਸਾਲ ਹੋ ਚੱਲੇ। ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਨੇ ਕਰਨਾ ਸੀ ਇਹ ਸਮਾਂ ਰੇੜਕਾ ਸਰਕੇ ਦੀ ਅਕਾਹੀ ਹੈ, ਜਿਵੇਂ ਤੁਸੀਂ ਕਿਹਾ ਵੀ ਇਹਨੂੰ ਰੋਕਿਆ ਗਿਆ, ਇਥੋਂ ਇਹ ਬਦਲਾ ਖੋਰੀ ਦਾ ਵੀ ਦੇਖ ਰਿਹਾ ਤੇ ਪਰ ਅਧਿਆਨ ਬਹੁਤ ਮਾੜਾ। ਤੇ ਮੈਂ ਤਾਂ ਕਹੂੰਗਾ ਵੀ ਹੁਣ ਤੱਕ ਦੇ ਜਿੰਨੇ ਮੁੱਖ ਮੰਤਰੀ ਹੋਏ ਆ ਯਾਰ ਸਾਹਿਬ, ਸਭ ਤੋਂ ਨਿਖੇਧ ਮੁੱਖ ਮੰਤਰੀ ਹੋਏ ਇਹ ਹੋਇਆ ਅੱਜ ਵੇਲੇ ਦਾ ਪ੍ਰਸਥਿਤੀਆਂ ਜੀ। ਮਤਲਬ ਤੁਸੀਂ ਆਪ ਲੋਕ ਬਿਆਨ ਰਹੇ ਨੇ, ਪਰ ਐਡੀ ਆਪਣੇ ਲੋਕਾਂ ਦੇ ਖਿਲਾਫ ਭੜਾਸ ਕੱਢਣੀ, ਕੇਂਦਰ ਸਰਕਾਰ ਦਾ ਕੋਈ ਵਜ਼ੀਰ ਨਹੀਂ ਕੱਢ ਰਿਹਾ, ਆਪਣਾ ਹੀ ਮੁੱਖ ਮੰਤਰੀ ਐਡੀ ਵੱਡੀ ਭੜਾਸ ਕੱਢ ਰਿਹਾ, ਹਰ ਮੌਕੇ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਮੈਨੂੰ ਲੱਗਦਾ ਨਹੀਂ ਉਹ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਕੈਪਟਨ ਸਾਹਿਬ ਹੋਆ, ਆਪਣਾ ਇੱਕ ਮਤਲਬ ਦਰਜਾ ਹੈ। ਐਡੀ ਈਗੋ ਮੈਂ ਨਹੀਂ ਦੇਖੀ ਵੀ ਕਿਹੜੀ ਚੀਜ਼ ਨੂੰ ਲੈ ਕੇ ਐਡੀ ਈਗੋ ਆ ਕੈਪਟਨ ਸਾਹਿਬ ਦੇ ਵਿੱਚ। ਹਾਂਜੀ ਉਹ ਕੰਮ ਮੋਦੀ ਦਾ, ਸੈਂਟਰ ਸਰਕਾਰ ਦਾ, ਜਿਹੜੀਆਂ ਜਾਂ ਸੈਂਟਰ ਦਾ ਸਰਕਾਰ ਦਾ ਕਿਸੇ ਦੇਸ਼ਾਂ ਨਾਲ ਮੁੱਖ
ਵੋਕਲ ਲੀਡਰ ਜਿਹੜੇ ਹੈ ਜੀ ਕੈਨੇਡਾ ਦੇ ਜਾਂ ਅਮਰੀਕਾ ਦੇ, ਸਾਨੂੰ ਵੋਕਲ ਲੀਡਰਸ਼ਿਪ ਦੇ ਵਿੱਚ ਪੂਰਾ ਵਿਸ਼ਵਾਸ ਕਰਵਾਉਣਾ ਚਾਹੀਦਾ ਅਤੇ ਆਪਣੇ ਜਿਹੜੇ ਮਸਲੇ ਸਾਡੇ ਹੱਲ ਕਰਨੇ, ਲੋਕਲ ਮਸਲੇ ਹੱਲ ਕਰਨੇ, ਸਾਡੇ ਦੁੱਖ ਚੀਜ਼ਾਂ ਨਹੀਂ ਕਰਨੇ ਅਤੇ ਸਾਡੀ ਜੇ ਪਹੁੰਚ ਉੱਥੇ ਬਣਨੀ ਹੈ ਤਾਂ ਉੱਥੇ ਸਾਡੀ ਲੋਕਲ ਲੀਡਰਾਂ ਦੀ ਪਹੁੰਚ ਦੇ ਨਾਲ ਨਾਲ ਵਾਬਸਤਾ ਹੋ ਕੇ ਬਣਨੀ ਜੀ। ਅਤੇ ਜੇ ਮੋਦੀ ਸਾਹਿਬ ਨੂੰ ਇੰਨਾ ਕੁ ਜੇ ਹੈ ਪਤਾ ਕਿ ਇੱਥੇ ਇੱਥੇ ਕੌਣ ਹੈ, ਇੱਥੇ ਜੈਦ ਸਾਹਿਬ ਇੱਕ ਪ੍ਰੋਗਰਾਮ ਲੈ ਰਹੇ ਆ ਅਤੇ ਜੈਦ ਕੌਣ ਹੈ, ਅਤੇ ਜੈਦ ਤੋਂ ਅਗਰ ਜੈਦ ਨੂੰ ਫੜਿਆ ਜਾਵੇ ਤਾਂ ਕੱਲ੍ਹ ਨੂੰ ਲੋੜ ਹੈ ਵੋਟਾਂ, ਇਹਨਾਂ ਦੀ ਵੀ ਲੋੜ ਹੈ ਨਾ, ਅਸੀਂ ਉੱਥੇ ਜਾਵਾਂਗੇ ਸਾਨੂੰ ਉੱਥੇ ਦੀ ਵੀ ਲੋੜ ਹੈ ਜੀ। ਕੇਂਦਰ ਤਾਂ ਇਸ ਗੱਲ ਦੇ ਉੱਤੇ ਕਰ ਹੀ ਨਹੀਂ ਰਿਹਾ, ਸਾਡੇ ਮੁੱਖ ਮੰਤਰੀ ਜੀ ਵਜਦ ਨੇ ਹਰ ਤਰ੍ਹਾਂ ਦੀਆਂ ਸਟੇਟਮੈਂਟਾਂ ਦੇਣ ਵਾਸਤੇ, ਉਹਨਾਂ ਨੂੰ ਚਾਹੀਦਾ ਕਿ ਸਾਨੂੰ ਉਹਨਾਂ ਨੂੰ ਦਸਵੇਂ ਦੇਣ ਇਸ ਗੱਲ ਦੇ ਵਿੱਚ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਅੱਛਾ ਵਿਚਾਰ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸ਼ਮਸ਼ੀਰ ਰੰਧਾਵਾ ਬੋਲਦਾ ਵੀਰ ਜੀ। ਰੰਧਾਵਾ ਜੀ ਕੀ ਕਹੋਗੇ? ਵੀਰ ਜੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਕੈਪਟਨ ਸਾਹਿਬ ਸਿੱਖਾਂ ਦੇ ਖਿਲਾਫ ਇਸ ਕਰਕੇ ਬੋਲੇ ਵੀ ਜਿੰਨੀਆਂ ਵੀ ਐਂਟੀ ਸਿੱਖ ਵੋਟਾਂ ਪੰਜਾਬ 'ਚ ਇਹਨਾਂ ਨੂੰ ਮਿਲ ਜਾਣਗੀਆਂ ਸ਼ਾਇਦ ਇਸੇ ਕਰਕੇ। ਮੈਨੂੰ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਜਿਹਨਾਂ ਨੂੰ ਇਹ ਸਮਝਦੇ ਨੇ ਕਿ ਹਿੰਦੂ ਸਾਹਿਤ ਸਿੱਖਾਂ ਦੇ ਖਿਲਾਫ ਹੋਣਗੇ, ਮੈਨੂੰ ਨਹੀਂ ਮਹਿਸੂਸ ਹੁੰਦਾ ਕਿ ਹਿੰਦੂ ਸਿੱਖਾਂ ਦੇ ਖਿਲਾਫ ਹੈ। ਉੱਥੇ ਆਪਸੀ ਭਾਈਚਾਰਾ ਬਹੁਤ ਵਧੀਆ ਹੈ, ਪਰ ਮਿਲਣਾ ਇਹਨੂੰ ਕੁਛ ਨਹੀਂ ਵੀਰ ਜੀ। ਉੱਥੇ ਆਪਸੀ ਭਾਈਚਾਰਾ ਬਹੁਤ ਵਧੀਆ ਹੈ, ਉਸ ਭਾਈਚਾਰੇ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਤੇ ਦੂਜਾ ਇਹ ਆਪਣੇ ਆਪ ਨੂੰ ਜਿਹੜੇ ਆਪਣੇ ਅਧਿਕਾਰ ਖੇਤਰ ਤੋਂ ਵੈਸੇ ਬਾਹਰ ਗੱਲਾਂ ਕਰ ਰਿਹਾ, 2 ਸਾਲਾਂ ਦੇ ਵਿੱਚ ਜਨਤਕ ਤੌਰ ਦੇ ਉੱਤੇ ਅੱਜ ਤੱਕ ਪੰਜਾਬ ਸਰਕਾਰ ਦਾ ਕੋਈ ਵਜ਼ੀਰ ਨਹੀਂ ਦੇਖਿਆ ਜਿਹੜਾ ਮੈਂ ਇੱਥੇ ਲੋਕਾਂ ਦੇ ਵਿੱਚ ਵਿਚਰਦਾ ਦੇਖਿਆ ਹੋਵੇ। ਕਿਉਂ ਨਹੀਂ ਜ਼ਰੂਰਤ ਵੀ ਵਿਚਰਨ ਦੀ? ਅਕਾਲੀਆਂ ਦੇ ਮਾੜੇ ਤੋਂ ਮਾੜੇ ਵਜ਼ੀਰ ਵੀ ਵਿਚਰਦੇ ਸੀ ਇੱਥੇ ਲੋਕਾਂ ਦੇ ਵਿੱਚ ਆ ਜਾਂਦੇ ਸੀ ਜਿਵੇਂ ਮਰਜ਼ੀ ਹੈ। ਮੈਂ ਸਮਝਾਂਗਾ ਕਿ ਜਿਹਨਾਂ ਲੋਕਾਂ ਦੇ ਖਿਲਾਫ਼ ਮਜ਼ਾਰੇ ਵੀ ਹੋਏ, ਲੋਕਾਂ ਨੇ ਚੀਜ਼ਾਂ ਵੀ ਮਾਰੀਆਂ, ਸਾਰਾ ਕੁਛ ਕੀਤਾ, ਐਟਲੀਸਟ ਲੋਕਾਂ ਦੇ ਵਿੱਚ ਆ ਕੇ ਵਿਚਰਦੇ ਤਾਂ ਸੀ ਨਾ ਜੀ ਉਹ। ਇਹਨੂੰ ਵੀ ਉਹੀ ਕੋਸ਼ਿਸ਼, ਅਗਲੀ ਵਾਰੀ ਟ੍ਰੀਟਮੈਂਟ ਮਿਲੂਗਾ ਜੀ ਜੋ ਕੁਛ ਕਰ ਰਹੇ। ਐਟਲੀਸਟ ਲੋਕਾਂ ਵਿੱਚ ਇਹਨਾਂ ਦਾ ਕੋਈ ਵੀ ਵਜ਼ੀਰ ਨਹੀਂ ਵਿਚਰਦਾ। ਜੇ ਅੱਜ ਪੰਜਾਬੀ ਪ੍ਰਵਾਸੀ ਪੰਜਾਬੀ ਨਵਜੋਤ ਸਿੱਧੂ ਨੂੰ ਲਾਈਵ ਕਰਦੇ ਨੇ, ਨਵਜੋਤ ਸਿੱਧੂ ਨੂੰ ਖੁੱਡੇ ਲਾਈਨ ਲਾ ਕੇ ਤੁਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਉੱਤੇ ਕਰਪਸ਼ਨ ਦਾ ਐਡਾ ਵੱਡਾ ਪਰਚਾ ਕਰ ਦਿਓ ਜੀ, ਫਲਾਨਾ ਕਰ ਦਿਓ, ਹਕੀਕਤ ਦੇਖੋ ਪੰਜਾਬ ਦੇ ਵਿੱਚ ਕਰਪਸ਼ਨ ਹੋ ਕਿੱਥੇ ਰਹੀ ਹੈ। ਸ਼ਰੇਆਮ ਵੀਡੀਓ ਵਾਇਰਲ ਹੋ ਰਹੀਆਂ ਨੇ, ਕਿੱਥੇ ਕੀ ਕੀ ਧੱਕੇ ਹੋ ਰਹੇ ਨੇ, ਕਿੱਥੇ ਸ਼ਹਿਰਾਂ ਦੇ ਵਿੱਚ ਆਸ਼ੂਤੋਸ਼ ਕੀ ਕਰ ਰਿਹਾ, ਕਿੱਥੇ ਕਿੱਥੇ ਧਰਮ ਸੋਧ ਕੀ ਕਰ ਰਿਹਾ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਇਸੇ ਤਰ੍ਹਾਂ, ਆਪਣੇ ਵਿਚਾਰ ਦੇ ਸਕਦੇ ਹੋ, ਸਕਰੀਨ ਦੇ ਉੱਤੇ ਆ ਰਹੇ ਨੰਬਰ 7187868652 ਦੇ ਉੱਤੇ, ਔਰ ਈਮੇਲ ਵੀ rad@justbroadcasting.com ਔਰ info@justbroadcasting.com। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ, ਕਰੀਏ ਤੁਹਾਡੇ ਨਾਲ ਵਿਚਾਰਾਂ। ਹੈਲੋ ਰਿਆੜ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਾਰ ਸਾਹਿਬ, ਸਤਿ ਸ੍ਰੀ ਅਕਾਲ ਰਿਆੜ ਸਰ ਜੀ। ਗੱਲ ਇਹ ਹੈ ਵੀ ਕੈਪਟਨ ਸਾਹਿਬ ਦਾ ਕਹਿੰਦੇ ਆ ਨਾ ਕਿ ਖੋਤੇ ਤੋਂ ਗੁੱਸਾ ਘਮਿਆਰ ਤੇ, ਇਹ ਤੇ ਸਿਰਫ ਮੋਦੀ ਨੂੰ ਦਿਖਾਉਣ ਵਾਸਤੇ ਕਰ ਰਿਹਾ ਵਾ, ਤੇ ਸਾਨੂੰ ਇਹਨਾਂ ਇਹਨਾਂ ਦੇਸ਼ਾਂ ਦੇ ਧੰਨਵਾਦ ਕਰਨਾ ਚਾਹੀਦਾ ਜਿਹੜੀ ਅਸੀਂ ਆਰਾਮ ਦੀ ਰੋਟੀ ਖਾ ਰਹੇ ਹਾਂ। ਬਿਲਕੁਲ 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 ਬਿਲਕੁਲ, ਸਾਨੂੰ ਇਹੋ ਜਿਹੇ ਆਦਮੀ ਦਾ ਖਿਆਲ ਨਹੀਂ ਕਰਨਾ ਚਾਹੀਦਾ ਸਰਦਾਰ ਸਾਹਿਬ। ਸਾਨੂੰ ਇਹ ਰਾਜਨੀਤਿਕ ਲੋਕ ਅੱਜ ਤੋਂ ਕੁਝ ਸਾਲ ਪਹਿਲਾਂ ਭਈਏ ਕਹਿੰਦੇ ਸੀ ਵੀ ਇਹ ਭਈਏ ਕੰਮ ਕਰਨ ਗਏ ਨੇ ਜੀ, ਮਨੁੱਖਤਾ ਦੀ ਇੰਨੀ ਕਦਰ ਸੀ ਇਹਨਾਂ ਨੂੰ। ਅਸੀਂ ਰਾਜ ਤਖਤਾਂ ਦੇ ਉੱਤੇ ਸ਼ਾਮਲ ਹੋਏ, ਵੱਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ, ਵਜ਼ਾਰਤਾਂ ਦੇ ਵਿੱਚ ਸ਼ਾਮਲ ਹੋਏ, ਕਿਵੇਂ ਸਿਖਾ ਸਕਦੇ ਨੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਚੈਨ ਆ ਸਕਦਾ ਉੱਥੇ ਬੈਠਿਆਂ ਦੇ ਉੱਤੇ, ਕਿਉਂਕਿ ਹਾਵੜੀਆਂ ਹੋਈਆਂ ਇਲਾ ਨੇ ਉੱਥੇ ਦੇ ਰਾਜਨੀਤਿਕ ਲੋਕ, ਸਾਡੇ ਲੋਕ ਮਿਸਾਲ ਪੈਦਾ ਕਰ ਰਹੇ ਨੇ ਇੱਥੇ ਦੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਕੇ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਹਾਂਜੀ ਰਿਆੜ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਲ ਚਾਲ ਵਧੀਆ ਜੀ, ਮੈਂ ਇਹ ਕਹਿਣਾ ਚਾਹੁੰਦਾ ਜੀ ਜੀ ਜੀ, ਜੋ ਇਹਦੇ ਪੁਰਖੇ ਕਰਦੇ ਰਹੇ ਆ ਉਹੀ ਕੁਛ ਕਰਨਾ, ਜੋ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਕਰਦੇ ਰਹੇ ਅੱਜ ਇਸੇ ਕਰਕੇ ਕੈਨੇਡਾ 'ਚ ਇਹਨੂੰ ਖਾਲਿਸਤਾਨੀ ਹਰ ਇੱਕ ਦਿਸਦਾ, ਹਰ ਇੱਕ ਪੰਜਾਬੀ ਦਾ ਵੈਰੀ ਬਣਿਆ ਪਿਆ ਹੈ। ਬਿਲਕੁਲ
ਹਾਂਜੀ, ਦੋ ਗੱਲਾਂ ਬੋਲਣੀਆਂ ਜੀ। ਤੁਸੀਂ ਇੱਕ ਦਲਵੀਰ ਸਿੰਘ ਪੱਤਰਕਾਰ ਨੂੰ ਲਿਆਏ ਸੀ, ਹਾਂਜੀ ਹਾਂਜੀ, ਮਾਤਾ ਬਾਰੇ ਦੱਸਿਆ ਸੀ, ਚਾਨਣ ਪਾਇਆ ਸੀ ਨਾ, ਗਹਿਣੇ ਪਾ ਕੇ ਅਬਦਾਲੀ ਪਤਾ ਨੀ ਕਿਹਦੇ ਸਾਹਮਣੇ ਗਏ ਸੀ। ਬਿਲਕੁਲ 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 ਬਿਲਕੁਲ, ਇਹਨੂੰ ਕੋਈ ਯਾਦ ਹੈ? ਇਹਦੇ ਪੁਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਅਟੈਕ ਕਰਨ ਲਈ ਸਰ ਪ੍ਰੋਟੋਕਾਲ ਪ੍ਰੋਟੋਕਾਲ ਤਾਂ ਦੇਖੇ। ਮੈਂ ਇਹ ਗੱਲ ਕਵਾਂਗਾ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਹੋਇਆ, ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਲੈ ਕੇ ਆਉਣ ਡਏ, ਤੁਹਾਡੀ ਕਿੱਡੀ ਕੁ ਜ਼ਰੂਰਤ ਹੈ, ਰਾਈਟ? ਤੁਸੀਂ ਇਹ ਮੰਨਣ ਨੂੰ ਤਿਆਰ ਨਹੀਂ, ਤੁਹਾਨੂੰ ਅੱਜ ਵਿਦੇਸ਼ ਅੱਜ ਉਹ ਸਿਰਸੇ ਸਾਹਿਬ ਦੇ ਭਾਵੇਂ ਆਪਣੇ ਬੰਦੇ ਹੋਣ, ਉਹਨਾਂ ਨੇ ਮਾਰ ਦਿੱਤਾ, ਉਹਨਾਂ ਨੂੰ ਫੰਡਿੰਗ ਜਾ ਰਹੀ ਹੈ ਜੀ 5,000 ਰੁਪਈਆ, ਮਤਲਬ ਜੇਲ੍ਹ ਦੇ ਵਿੱਚ ਪੈਨਸ਼ਨ ਲੱਗਦੀ ਹੈ, ਕੀ ਔਕਾਤ ਇਹਨਾਂ ਬੰਦਿਆਂ ਦੀ? ਮਤਲਬ ਤੁਹਾਨੂੰ ਦੱਸੀਏ ਕਿ ਪ੍ਰਵਾਸੀਆਂ ਨੂੰ ਬਦਨਾਮ ਕਰਨ ਦੀ ਲੱਗੀ ਹੋਈ। ਬਿਲਕੁਲ ਰਿਆੜ ਸਾਹਿਬ, ਦੇਖੋ ਉੱਥੇ ਡੇਰੇ ਦਾ ਜਾ ਕੇ ਬਾਦਲ ਤੇ ਇਹ ਉਹਦੇ ਚਰਨਾਂ 'ਚ ਤਾਂ ਬੈਠਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਵਿਧਾਨ ਸਭਾ 'ਚ ਨਹੀਂ ਲਿਜਾ ਸਕੇ। ਕੈਨੇਡੀਅਨ ਗਵਰਨਮੈਂਟ ਨੇ ਜਿਹੜਾ ਤੁਸੀਂ ਚਾਨਣ ਪਾਇਆ, ਕਿੱਡਾ ਦਾਨ ਸਿੱਖਾਂ ਲਈ ਕੰਮ ਕੀਤਾ, ਤੇ ਇਹ ਸਿੱਖਾਂ ਦੀ ਜਮਾਤ ਕਹਾਉਂਦੇ ਆ, ਪੱਗਾਂ ਕਾਹਦੇ ਲਈ ਬੰਨੀਆਂ? ਉਹ ਕੁਛ ਵੀ ਨਹੀਂ ਜੀ, ਇਹਨਾਂ ਵਾਸਤੇ ਕੋਈ ਮਾਨ ਹੀ ਨਹੀਂ ਰੱਖ ਰਿਹਾ, ਇਹਨਾਂ ਵਾਸਤੇ ਮਾਨ ਹੀ ਨਹੀਂ ਰੱਖ ਰਿਹਾ। ਇੱਕ ਗੱਲ ਬਸ ਕਹਿ ਕੇ ਖਤਮ ਕਰਦਾ ਜੀ, ਨਵਜੋਤ ਸਿੱਧੂ ਤੇ ਲਿਆਇਓ ਜਿਹੜਾ ਉਹਦੇ ਤੇ ਵਿਜੀਲੈਂਸ ਦਾ ਰੇਡ ਕਰਾਇਆ, ਇਹ ਸਭ ਇਹਦੇ ਕੰਮ ਆ ਜੀ, ਸਾਰੇ ਕੰਮ। ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੋਸਤੋ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ ਹਾਜ਼ਰ ਹੈ ਤੁਹਾਡੀ ਖਿਦਮਤ ਦੇ ਵਿੱਚ, ਕਰੀਏ ਵਿਚਾਰਾ। ਹੈਲੋ ਹਾਂਜੀ ਰਿਆੜ ਸਾਹਿਬ, ਤੁਹਾਨੂੰ ਤੇ ਤੁਹਾਡੇ ਸਾਰੇ ਜਸਟੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਲ ਸਾਹਿਬ, ਬਹੁਤ ਦੇਰ ਬਾਅਦ ਤੁਹਾਡੇ ਨਾਲ ਸਾਂਝ ਬਣ ਰਹੀ ਹੈ ਸ਼ਬਦ ਦੀ। ਕਿੰਨਾ ਚੰਗਾ ਹੋਵੇ ਕਿ ਕੈਪਟਨ ਸਾਹਿਬ ਨੂੰ ਫੇਰ ਪਾਓ ਆਪਣੇ ਲਾਗੇ ਜੀ। ਮੈਂ ਫਿਰ ਵੀ ਬਿਠਾਵਾਂਗਾ ਜੀ, ਆਉਣਗੇ ਤਾਂ ਮੈਂ ਫਿਰ ਵੀ ਬਿਠਾਵਾਂਗਾ। ਮੈਂ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰਾਂਗਾ, ਮੈਂ ਮੇਰਾ ਕੋਈ ਨਿੱਜੀ ਥੋੜ੍ਹੀ ਹੈ ਮਸਲਾ ਇਹ 'ਚ ਗੱਲ ਦਾ। ਮੈਂ ਕਹਾਂਗਾ ਆਮ ਸਾਰੇ ਸਿੱਖਾਂ ਨੂੰ ਤੁਸੀਂ ਅੱਤਵਾਦ ਦੀ ਗਰਦਾਨ ਕੇ ਤਖਤੀ ਲਾ ਕੇ ਹੋਏ ਹੱਲਾ ਕਰਕੇ, ਇਹ ਲੋਕ ਗੱਲ ਲਾਉਣ ਵਾਲੇ ਲੋਕ ਨੇ, ਇਹਨਾਂ ਨੂੰ ਤੁਸੀਂ ਪਰੇ ਕਰ ਰਹੇ ਹੋ, ਠੀਕ ਹੈ ਨਾ ਜੀ? ਉਹ ਆਉਂਦੇ ਆ ਵੀ ਜਦੋਂ ਲੋਕੀ ਕੋਈ ਹੱਕ ਮੰਗਣ ਦੀ ਗੱਲ ਕਰੋ ਤੇ ਉਹਨਾਂ ਨੂੰ ਇਹੋ ਜਿਹੇ ਮਸਲਿਆਂ 'ਚ ਸੁਲਝਾ ਦਿਓ। ਨਹੀਂ ਬਲ ਸਾਹਿਬ, ਤੁਸੀਂ ਬੜੇ ਸੂਝਵਾਨ ਹੋ, ਮੀਡੀਆ ਦੇ ਨਾਲ ਬੜੀ ਤਰੋ ਤਾਜ਼ਾ ਨਜ਼ਰ ਰੱਖਦੇ ਹੋ। ਪ੍ਰਵਾਸੀ, ਇਹ ਉਹੀ ਪ੍ਰਵਾਸੀ ਹੈ ਨਾ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ 10 ਸਾਲਾਂ ਦੇ ਵਿੱਚ ਬਾਦਲ ਸਰਕਾਰ ਦੇ ਵਿੱਚ ਬੜਾ ਕੁਛ ਘਾਣ ਹੋਇਆ, ਆਪ ਜਿੱਤ ਜਾਵੇ, ਜੇ ਆਪ ਨਾ ਜਿੱਤੇ ਤਾਂ ਕੈਪਟਨ ਜਿੱਤ ਜਾਵੇ। ਉਹ ਇੱਦਾਂ ਜੀ, ਭਗਵੰਤ ਮਾਨ ਨੇ ਅੱਜ ਜਿਹੜਾ ਪਾਰਲੀਮੈਂਟ 'ਚ ਬੋਲਿਆ ਵੀ 240 ਤੋਂ ਮਜ਼ਦੂਰਾਂ ਦੀ 241 ਕਰਤੀ ਹੈ ਮਜ਼ਦੂਰੀ, ਤੇ ਮਜ਼ਦੂਰਾਂ ਨੇ ਕਿਹਾ ਜੀ 5 ਰੁਪਏ ਅਸੀਂ ਕੈਪਟਨ ਸਾਹਿਬ ਨੂੰ ਦੇਣੇ, ਉਹ ਖੁਸ਼ਹਾਲ ਹੋ ਜਾਣ। ਇਹ ਤੇ ਪਤਾ ਨੀ ਕੈਨੇਡਾ ਵਾਲਿਆਂ ਦੇ ਤੇ ਮੇਰੇ ਹਿਸਾਬ ਨਾਲ ਇਸ ਕਰਕੇ ਗੁੱਸੇ ਆ ਜੀ, ਇਹਨਾਂ ਰੂਸਾ ਵੀ ਆਈ ਨਾਲ, ਉਹਨਾਂ ਪਹਾੜੀਆਂ ਪੁੜੀਆਂ ਜਾ ਕੇ ਕਿਤੇ ਮਜ਼ਾ ਲੈਣਾ ਸੀ, ਇਹਨਾਂ ਉਦੋਂ ਜਾਣ ਨੀ ਦਿੱਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਿਹਰਬਾਨੀ ਬਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਹੈਲੋ, ਮਾਫ ਕਰਨਾ ਮੈਂ ਬਾਲਾ ਨਹੀਂ ਬੋਲ ਸਕਦਾ, ਪਰ ਉਹਦਾ ਹਾਲ ਉਹ ਹੋਣਾ ਗਿੱਦੜ ਦਾ। ਮਿਹਰਬਾਨੀ ਜੀ, ਸਾਰਥਕ ਰਾਜਨੀਤੀ ਕਰਨੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਔਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਜਿਸ ਢੰਗ ਦੇ ਨਾਲ ਉਹ ਸਟੇਟਮੈਂਟਾਂ ਦੇ ਰਹੇ ਨੇ, ਜਿਸ ਢੰਗ ਦੇ ਨਾਲ ਹਰ ਇੱਕ ਚੀਜ਼ ਜਿਹੜੀ ਉਹ ਵਿਦੇਸ਼ੀ ਲੋਕਾਂ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ, ਮੈਂ ਸਮਝਾਂਗਾ ਕਿ ਹਰ ਇੱਕ ਮੁੱਖ ਮੰਤਰੀ ਕਹਿੰਦਾ ਮੇਰੀ ਸਟੇਟ ਦੇ ਲੋਕ ਵਿਦੇਸ਼ਾਂ ਦੇ ਵਿੱਚ ਬਾਹਰ ਵਸਣ, ਵਧੀਆ ਵਸਣ, ਉਹ ਆਪਣੇ ਸਟੇਟ ਨਾਲ ਜੁੜਨ, ਆਪਣੀ ਸਟੇਟ ਦੇ ਵਿੱਚ ਆਉਣ, ਆਪਣੇ ਕੰਮ ਕਰਨ, ਪਰ
ਪਤਾ ਨਹੀਂ ਕੀ ਗੱਲ ਹੈ ਕਿ ਇਹ ਸੋਚ ਜਿਹੜੀ ਹੈ ਸਾਡੇ ਮੁੱਖ ਮੰਤਰੀ ਦੀ ਖੰਭ ਲਾ ਕੇ ਉੱਠਦੀ ਜਾ ਰਹੀ ਹੈ। ਸਾਡੇ ਮੁੱਖ ਮੰਤਰੀ ਜੀ ਜਿਹੜੇ ਨੇ ਉਹ ਇਸ ਨੀਤੀ ਤੋਂ ਪਰੇ ਭੱਜ ਰਹੇ ਨੇ। ਔਰ ਮੈਂ ਸਮਝਾਂਗਾ ਕਿ ਜਦੋਂ ਬੰਦਾ ਇੱਕ ਕੁਰਸੀ ਦੇ ਉੱਤੇ ਸਵਾਰ ਹੋ ਜਾਂਦਾ, ਮੈਂ ਇੱਕੋ ਹੀ ਗੱਲ ਕਹੀ ਹੈ, ਹੋਰ ਗੱਲ ਇਦੋਂ ਵੱਡੀ ਗੱਲ ਨਹੀਂ ਕਹਿਣੀ। ਮੈਨੂੰ ਪਤਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰ ਇੱਕ ਵਿਅਕਤੀ ਮਿਲਦਾ ਸੀ, ਸਧਾਰਨ ਤੋਂ ਲੈ ਕੇ ਵੱਡੇ ਤੋਂ ਵੱਡਾ, ਭਾਈ ਆਮ ਆਦਮੀ ਪਾਰਟੀ ਜਿੱਤ ਜੇ, ਕਿਉਂਕਿ ਆਮ ਦਾ ਭਰਮ ਸੀ ਉਸ ਵੇਲੇ ਲੋਕਾਂ ਦੇ ਵਿੱਚ, ਭਰਮ ਜਾਲ ਪੱਤਰਕਾਰਾਂ 'ਚ ਵੀ ਬਣਿਆ ਹੋਇਆ ਸੀ ਭਰਮ ਜਾਲ, ਵੀ ਆਮ ਨੇ ਆਪ ਨੇ ਪਤਾ ਨਹੀਂ ਕੀ ਕਰ ਦੇਣਾ, ਆਪ ਖਿੰਡ ਗਈ। ਜੇ ਆਪ ਨਾ ਜਿੱਤੇ ਤਾਂ ਕੈਪਟਨ ਅਮਰਿੰਦਰ ਸਿੰਘ ਜਿੱਤ ਜੂ, ਕਿਉਂਕਿ ਪਿਛਲੇ 5 ਸਾਲ ਲੋਕਾਂ ਨੇ ਸਾਰਥਕ ਰੂਪ ਦੇ ਵਿੱਚ ਕੈਪਟਨ ਦੇ ਦੇਖੀ ਸੀ। ਅੱਜ ਕਿੱਡੀ ਕੁ ਵੱਡੀ ਮਜ਼ਬੂਰੀ ਪੈ ਗਈ ਵਿਦੇਸ਼ੀਆਂ ਦੇ ਖਿਲਾਫ ਬੋਲਣਾ। ਜਸਟਿਨ ਟਰੂਡੋ ਕਿਉਂ ਚੁੱਭ ਰਿਹਾ ਇੰਨੇ ਵੱਡੇ ਪੱਧਰ ਦੇ ਉੱਤੇ ਕੰਮ ਕਰਾਉਣ ਵਾਲਾ, ਔਰ ਦੁਨੀਆ ਭਰ ਦੇ ਵਿੱਚ ਮੈਂ ਸਮਝਾਂਗਾ ਹਰਜੀਤ ਸਿੰਘ ਸੱਜਣ ਵਰਗੇ ਨੂੰ ਰੱਖਿਆ ਮੰਤਰੀ ਦੇ ਅਹੁਦੇ 'ਤੇ ਪਹੁੰਚਾਉਣ ਵਾਲਾ, ਔਰ ਕਿਉਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਕਰਾਂਗੇ ਵਿਚਾਰ, ਦੱਸਣਾ ਚਾਹਾਂਗਾ। ਲਾਈਵ ਸਟ੍ਰੀਮ ਜਿਹੜੀ ਹੈ ਉਹ ਉੱਤਰੀ ਅਮਰੀਕਾ ਨੂੰ ਛੱਡ ਕੇ ਤੁਸੀਂ www.justbroadcasting.com ਦੇ ਉੱਤੇ ਦੁਨੀਆ ਭਰ ਦੇ ਵਿੱਚ ਦੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ ਪ੍ਰੋਗਰਾਮ ਨਵਾਂ ਵਿਸ਼ਾ ਅਤੇ ਨਵੀਂ ਚਰਚਾ ਲੈ ਕੇ। ਇਜਾਜ਼ਤ ਦਿਓ, ਰੱਬ ਰਾਖਾ ਤੁਹਾਡਾ, ਆਪਣਾ ਨਾਚੀਜ਼ ਹਰਵਿੰਦਰ ਰਿਆੜ।